24 ਘੰਟੇ 'ਚ ਬਹੁਤ ਕੁਛ ਵਾਪਰ ਜਾਂਦਾ ਘੱਟ ਜਾਂਦਾ ਅਤੇ ਉਹ ਜੋ ਕੁਛ ਵੀ ਹੁੰਦਾ ਆਪ ਜੀ ਦੀ ਕਚਹਿਰੀ 'ਚ ਇਸ ਪ੍ਰੋਗਰਾਮ 'ਚ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਵੀ ਨਾਲ ਪਰਮਜੀਤ ਸਿੰਘ ਬਾਠੂਰੀ ਨੇ, ਕੀ ਹਾਲ ਨੇ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ? ਸਿਹਤਾਂ ਕਾਇਮ ਨੇ ਜੀ। ਇਹ ਮੈਂ ਰੋਜ਼ ਪੁੱਛਦਾ, ਮੈਨੂੰ ਹੁੰਦਾ ਵੀ ਫਿਕਰ ਕਰਨਾ ਚਾਹੀਦਾ। ਦੇਖੋ ਤੁਹਾਡੀਆਂ ਸਿਹਤਾਂ ਦਾ ਮੈਨੂੰ ਪਤਾ ਹੁੰਦਾ, ਪਿੰਨੀਆਂ ਪੁੰਨੀਆਂ ਤੁਹਾਡੀਆਂ ਘੁੱਟਦੇ ਹਾਂ, ਡੋਲੇ ਡੁਲੇ ਜਾਂ ਇੱਦਾਂ ਉੱਪਰੋਂ ਮੋਢੇ ਮਾਢੇ ਘੁੱਟਦੇ, ਮੈਨੂੰ ਪਤਾ ਲੱਗਦਾ ਕਿ ਸਾਹਿਬ ਅੱਜ ਠੀਕ ਨੇ। ਨਹੀਂ ਮੈਂ ਵੀ ਮਤਲਬ ਕੀ ਗੱਲ ਵੀ ਅਖਾੜੇ 'ਚ ਜਾਂਦਾ ਵੀ ਰੋਜ਼ ਮਤਲਬ ਮਾਲਿਸ਼ ਹੁੰਦੀ। ਨਹੀਂ ਅਖਾੜੇ 'ਚ ਨਹੀਂ ਜਾਂਦਾ, ਤੁਹਾਨੂੰ ਉੱਦਾਂ ਹੀ ਅਲੀਟ ਕਲਾਸ ਨੂੰ ਆਦਤ ਹੁੰਦੀ ਨਾ ਕਿ ਜਾਣੀ ਮੰਨ ਲਓ ਸੈਰ ਕਰਨ ਜਾਣਾ, ਹੁਣ ਅਸੀਂ ਜੇ ਸੈਰ ਕਰਨ ਜਾਣਾ ਅਤੇ ਅਸੀਂ ਕਹਿੰਦੇ ਚਲੋ ਯਾਰ ਸੈਰ ਕਰ ਲਈਏ 10 ਮਿੰਟ ਹੈਗੇ, ਤੁਸੀਂ ਆ ਕੇ ਮੇਰੇ ਸੈਰ ਵਾਲੇ ਬੂਟ ਲਿਆਓ। ਨਹੀਂ ਪਰ ਸੈਰ ਕਰਨ ਜਾਣਾ ਹੀ ਕਿਉਂ, ਐਡੀ ਕੀ ਗੱਲ ਹੈ, ਕੋਈ ਬਹੁਤ ਲੋੜ ਸੈਰ ਦੀ? ਨਹੀਂ ਇਲੈਕਸ਼ਨ ਜਦੋਂ ਨੇੜੇ ਹੁੰਦੀ ਆ, ਯੋਗਾ ਵੀ ਕਰਦੇ ਹੋ, ਸੈਰ ਵੀ ਕਰਦੇ ਹੋ, ਗੋਲ ਗੱਪੇ ਵੀ ਖਾਂਦੇ ਹੋ, ਸਭ ਕੁਛ ਕਰਦੇ ਹੋ ਫਿਰ ਤੁਸੀਂ। ਖੈਰ ਚਲੋ ਉਹ ਯੋਗੇ ਵਾਲਾ ਵੀ ਮੈਨੂੰ ਲੱਗਦਾ ਚੱਕਰਾਂ 'ਚ ਚੱਲੀ ਜਾਂਦਾ, ਉਹ ਜਿਹੜੀ ਕੁੜੀ ਯੋਗਾ ਕਰਕੇ ਗਈ ਸੀ ਦਰਬਾਰ ਸਾਹਿਬ, ਉਹਦੇ 'ਤੇ ਆਉਣ ਤੋਂ ਪਹਿਲਾਂ ਆਪਾਂ ਉਸ ਗੱਲ 'ਤੇ ਉੱਪਰ ਗੱਲ ਕਰਦੇ ਹਾਂ ਜਿਹੜਾ ਇੱਕ ਦਿਨ ਕੱਲ੍ਹ ਦਾ ਲੰਘ ਗਿਆ। ਸਾਰਾ ਦਿਨ ਦਿੱਲੀ ਦੇ ਵਿੱਚ ਨਵੇਂ ਪਾਰਲੀਮੈਂਟ ਮੈਂਬਰ, ਉਹਨਾਂ ਦਾ ਕਹਿ ਲਓ ਕਿ ਵੀ ਪੂਰੀ ਰੌਣਕ ਸੀ ਉੱਥੇ। ਅੱਜ ਦਾ ਦਿਨ ਜਿਹੜਾ ਹੈ ਉਹ ਫਿਰ ਉਹੀ ਸਹੁੰ ਚੁੱਕ ਸਮਾਗਮ ਅੱਗੇ ਕੰਟੀਨਿਊ ਰਹਿਣਾ। ਅਤੇ ਹੁਣ ਇਹ ਹੈ ਕਿ ਜਿਹੜੇ ਪੰਜਾਬ ਦੇ 13 MP ਸਾਹਿਬਾਨ ਨੇ ਬਾਕੀ ਸਟੇਟਾਂ ਦੇ ਨਾਲ, ਜਿਹੜੀ ਵਾਰੀ ਪੰਜਾਬ ਵਾਲਿਆਂ ਦੀ ਹੈ ਉਹ ਅੱਜ ਆਉਣੀ ਹੈ ਕਹਿ ਲਓ। ਹੁਣ ਗੱਲ ਇਹ ਹੈ ਵੀ ਬਾਕੀ 12 ਜਿਹੜੇ ਮੈਂਬਰ ਪਾਰਲੀਮੈਂਟ ਸਾਹਿਬਾਨ ਨੇ ਉਹ ਤਾਂ ਜਾਣਗੇ, ਇੱਕ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਹਲਕੇ ਤੋਂ ਅੰਮ੍ਰਿਤਪਾਲ ਸਿੰਘ ਹੋਰੀ, ਉਹਨਾਂ ਦੇ ਬਾਰੇ 'ਚੋਂ ਕੱਲ੍ਹ ਦਾ ਸਵਾਲ ਜਿਉਂ ਦਾ ਤਿਉਂ ਆ ਕਿ ਜਿਸ ਤਰੀਕ ਨੂੰ, ਜਿਸ ਸਮੇਂ ਨੂੰ ਉਡੀਕਿਆ ਜਾ ਰਿਹਾ ਸੀ ਉਹ ਸਮਾਂ ਤਰੀਕ 'ਤੇ ਆ ਗਿਆ ਛੱਡ ਕੇ ਹੁਣ ਤਾਂ ਲੰਘੀ ਜਾ ਰਿਹਾ, ਪਰ ਉੱਧਰੋਂ ਅਜੇ ਕੋਈ ਖਬਰ ਨਹੀਂ। ਦੇਖੋ ਸੰਧਾਲੀਆ ਸਾਹਿਬ, ਗੱਲ ਬੜੀ ਸਾਫ਼ ਅਤੇ ਸਪਸ਼ਟ ਜਿਹੀ ਸੀ ਕਿ ਜੇ 2 ਹੀ ਦਿਨ ਸਹੁੰ ਚੁੱਕ ਸਮਾਗਮ ਹੋਣਾ, ਤੀਜਾ ਦਿਨ ਤਾਂ ਹੈ ਨਹੀਂ ਉਹਦੇ ਵਿੱਚ, ਥੋੜ੍ਹਾ ਟਾਈਮ ਵੱਧ ਘੱਟ ਲੱਗ ਜੂਗਾ, ਪਰ 100-543 ਮੈਂਬਰਾਂ ਨੂੰ ਅਗਲਿਆਂ ਚੁਕਾ ਦੇਣੀ ਆ। ਹੁਣ ਬੀਤੇ ਕੱਲ੍ਹ ਸਭ ਤੋਂ ਪਹਿਲਾਂ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਇਆ, ਉਹ ਪ੍ਰੋਟੇਮ ਸਪੀਕਰ ਜਿਹੜੇ ਸੀ ਉਹਨਾਂ 'ਤੇ ਰੌਲਾ ਪੈਣਾ ਸੀ ਅਤੇ ਪਿਆ। ਉਹ ਕਹਿੰਦੇ ਜੀ 7 ਵਾਰ ਦੇ MP ਬੰਦੇ ਨੂੰ ਤੁਸੀਂ ਬਣਾਤਾ, ਜਿਹੜਾ 8 ਵਾਰ ਦਾ MP ਉਹਨੂੰ ਤੁਸੀਂ ਛੱਡ ਲਿਆ, ਗਲਤ ਕੀਤਾ, ਵਿਰੋਧੀ ਧਿਰਾਂ ਨੇ ਕਿਹਾ। ਚਲੋ ਪਰ ਹੋਰ ਕੁਛ ਨਹੀਂ ਸੀ ਸਕਣਾ, ਰੌਲਾ ਪੈਣਾ ਸੀ, ਪੈ ਗਿਆ। ਨੰਬਰ 2, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਦੇ ਰੂਪ 'ਚ ਸਹੁੰ ਚੁਕਾਤੀ ਸੀ, ਪਰ MP ਦੇ ਰੂਪ 'ਚ ਉਹਨੇ ਸਹੁੰ ਚੁੱਕਣੀ ਸੀ, ਉਹਨਾਂ ਤੋਂ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ 100 ਉਹਨਾਂ ਨੂੰ ਚੁਕਾਈ, ਫਿਰ ਉਹਨਾਂ ਦੇ ਸਾਰੇ ਮੰਤਰੀ ਮੰਡਲ ਦੇ ਸਾਥੀ ਜਿਹੜੇ ਜਿੰਨੇ MP ਬਣੇ ਸੀ ਉਹਨਾਂ ਨੂੰ ਸਹੁੰ ਚੁਕਾਈ, ਫਿਰ ਹੌਲੀ ਹੌਲੀ ਕਰਕੇ ਬਾਕੀ ਸਿਆਸੀ ਪਾਰਟੀਆਂ ਦੇ MPs ਜਿਹੜੇ ਨੇ ਉਹਨਾਂ ਨੂੰ ਸਹੁੰ ਚੁਕਾਉਣ ਦਾ ਸਿਲਸਿਲਾ ਸ਼ੁਰੂ ਕੀਤਾ। ਬਿਹਾਰ ਦੇ ਸਾਰੇ MPਾਂ ਨੂੰ ਸਹੁੰ ਚੁਕਾਈ ਜਾ ਚੁੱਕੀ ਹੈ, ਹੋਰ ਕਈ ਸੂਬਿਆਂ ਦੇ ਸਾਰੇ MPਾਂ ਨੂੰ ਸਹੁੰ ਚੁਕਾਈ ਜਾ ਚੁੱਕੀ ਹੈ, ਕਿਉਂਕਿ ਉਹਦੀ ਇੱਕ ਤਰਤੀਬ ਹੁੰਦੀ ਹੈ, ਇੱਕ ਕ੍ਰਮਵਾਰਤਾ ਹੁੰਦੀ ਹੈ। ਅਤੇ ਉਹਦੇ ਵਿੱਚ ਪੰਜਾਬ ਵਾਲਿਆਂ ਦੀ ਵਾਰੀ ਅੱਜ ਹੈ 13 ਦੇ 13 ਦੀ, ਇਹ ਗੱਲ ਤੁਸੀਂ ਠੀਕ ਆਖੀ ਹੈ। ਤਰੀਕਾ ਕੀ ਹੈ, ਜਦੋਂ ਤੁਸੀਂ ਆਪਣਾ ਇਲੈਕਸ਼ਨ ਨਾਮਜ਼ਦਗੀ ਪੱਤਰ ਭਰਦੇ ਹੋ, ਚੋਣ ਨਾਮਜ਼ਦਗੀ ਪੱਤਰ, ਉਹਦੇ ਵਿੱਚ ਤੁਸੀਂ ਟੈਲੀਫੋਨ ਨੰਬਰ ਦਿੱਤੇ ਹੁੰਦੇ ਆ, ਐਡਰੈਸ ਦਿੱਤੇ ਹੁੰਦੇ ਆ, ਉਹਨਾਂ ਟੈਲੀਫੋਨ ਨੰਬਰਾਂ ਦੇ ਉੱਤੇ ਤੁਹਾਨੂੰ ਫੋਨ ਜਾਂਦਾ ਹੈ। ਜਿੱਦਾਂ ਬਿੱਟੂ ਸਾਹਿਬ ਨੂੰ ਗਿਆ ਸੀ ਨਾ ਕਿ ਭਾਈ ਆ ਜਾਓ ਦਿੱਲੀ, ਤੇ ਉਹ ਦੌੜ ਕੇ ਗਏ ਸੀ ਮੁੜ ਕੇ, ਤੇ ਅੱਜ ਮੰਤਰੀ ਨੇ, ਇੱਦਾਂ ਹੀ ਟੈਲੀਫੋਨ ਜਾਂਦਾ ਕਿ ਭਾਈ ਤੁਸੀਂ 9 ਵਜੇ ਕੱਲ੍ਹ ਤੁਹਾਡਾ ਸਹੁੰ ਚੁੱਕ ਸਮਾਗਮ ਹੈ, ਤੁਸੀਂ ਅੱਪੜਿਓ। ਅਤੇ ਹੁਣ ਬਾਕੀ ਜਿਹੜੇ 12 ਮੈਂਬਰ ਪਾਰਲੀਮੈਂਟ ਨੇ, ਚਾਹੇ ਰਾਜਾ ਵੜਿੰਗ ਨੇ, ਚਾਹੇ ਬੀਬੀ ਹਰਸਿਮਰਤ ਕੌਰ ਬਾਦਲ ਨੇ, ਚਾਹੇ ਸਰਦਾਰ ਸਰਬਜੀਤ ਸਿੰਘ ਹੋਰੀ ਨੇ, ਚਾਹੇ ਮਲਵਿੰਦਰ ਸਿੰਘ ਕੰਗ ਨੇ, ਉਹਨਾਂ ਨੇ ਤਾਂ ਆਪਦੇ ਨੰਬਰ ਦਿੱਤੇ ਆ, ਉਹਨਾਂ ਨੂੰ ਉੱਥੇ ਟੈਲੀਫੋਨ ਗਿਆ ਹੋਏਗਾ ਅਤੇ ਉਹਨਾਂ ਨੇ ਪਹੁੰਚ ਜਾਣਾ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜਾ ਸੱਦਾ ਪੱਤਰ ਸਹੁੰ ਚੁੱਕ ਸਮਾਗਮ ਦਾ, ਉਹ ਸਰਦਾਰ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਮਿਲਿਆ ਹੋਏਗਾ, ਕਿਉਂਕਿ ਉਹ ਤਾਂ ਜੇਲ੍ਹ ਦੇ ਵਿੱਚ ਨੇ, ਜੇਲ੍ਹ ਦੇ ਵਿੱਚ ਮੋਬਾਈਲ ਫੋਨ ਰੱਖਣਾ ਅਲਾਊਡ ਹੀ ਨਹੀਂ ਹੈ। ਉਹਨਾਂ ਨੇ ਪਹਿਲਾਂ ਵੀ ਇਹ ਨੰਬਰ ਆਪਣੇ ਪਰਿਵਾਰਕ ਮੈਂਬਰਾਂ ਦੇ ਦਿੱਤੇ ਹੋਣੇ ਆ ਅਤੇ ਹੁਣ ਵੀ ਟੈਲੀਫੋਨ ਉਹਨਾਂ ਨੂੰ ਗਿਆ ਹੋਣਾ। ਆਸ ਬਹੁਤ ਘੱਟ ਹੈ ਕਿ ਅੱਜ ਬੀਤੇ ਕੱਲ੍ਹ ਦੀ ਤਰ੍ਹਾਂ ਕਿ ਸਰਦਾਰ ਅੰਮ੍ਰਿਤਪਾਲ ਸਿੰਘ ਹੋਰੀ ਪਾਰਲੀਮੈਂਟ ਦੇ ਵਿੱਚ ਪਹੁੰਚ ਸਕਣਗੇ, ਪਰ ਜੇ ਅੱਜ ਉਹ ਸਹੁੰ ਨਹੀਂ ਚੁੱਕਦੇ ਤਾਂ ਕੋਈ ਵੀ ਬੰਦਾ ਇਹ ਮਤ ਸਮਝੇ ਕਿ ਸਰਦਾਰ ਅੰਮ੍ਰਿਤਪਾਲ ਸਿੰਘ ਹੋਰੀ ਜਿਹੜੇ ਹੈ
ਉਹ ਮੈਂਬਰ ਪਾਰਲੀਮੈਂਟ ਨਹੀਂ ਰਹਿਣਗੇ ਜਾਂ ਉਹਨਾਂ ਨੂੰ ਦੁਬਾਰਾ ਸਹੁੰ ਚੁੱਕਣ ਦਾ ਮੌਕਾ ਨਹੀਂ ਮਿਲੇਗਾ। ਫਿਰ ਸਪੀਕਰ ਦਾ ਚੈਂਬਰ ਹੈਗਾ, ਕੋਈ ਬੰਦਾ ਢਿੱਲਾ ਮੱਠਾ ਹੋ ਸਕਦਾ, ਕੋਈ ਬੰਦਾ ਵਿਦੇਸ਼ 'ਚ ਹੋ ਸਕਦਾ, ਕਿਸੇ ਬੰਦੇ ਦੀ ਕੋਈ ਹੋਰ ਮਜਬੂਰੀ ਹੋ ਸਕਦੀ ਹੈ, ਅਤੇ ਉਹ ਸਾਰਾ ਕੁਛ ਜਿਹੜਾ ਉਹ ਕੋਈ ਕਾਨੂੰਨੀ ਨੁਕਤੇ 'ਤੇ ਨਹੀਂ ਆ ਸਕਦਾ ਹੋਏਗਾ। ਇੰਜੀਨੀਅਰ ਰਾਸ਼ਦ ਹੋਰੀ ਵੀ ਉਹਨਾਂ ਦੇ ਵਿੱਚ ਹੀ ਹੈ, ਅਤੇ ਉਹਨਾਂ ਨੂੰ ਫਿਰ ਮੁੜ ਕੇ ਵੀ ਮੌਕਾ ਮਿਲਦਾ, ਅਤੇ ਉਹ ਜਦੋਂ ਸਪੀਕਰ ਸਾਹਿਬ ਫਿਰ ਪਾਰਲੀਮੈਂਟ ਦੇ ਅੰਦਰ ਨਹੀਂ, ਸਪੀਕਰ ਸਾਹਿਬ ਦੇ ਚੈਂਬਰ ਦੇ ਵਿੱਚ ਜਾ ਕੇ ਸਹੁੰ ਚੁੱਕ ਸਮਾਗਮ ਹੋ ਜਾਂਦਾ। ਚਲੋ, ਇਹਦੇ ਨਾਲ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਹੋਊਗਾ ਕਿ ਦੋ ਤਿੰਨ ਚੀਜ਼ਾਂ ਬਹੁਤ ਸਪਸ਼ਟ ਨੇ। ਜਦੋਂ ਸ਼੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸਰਦਾਰ ਅੰਮ੍ਰਿਤਪਾਲ ਸਿੰਘ ਹੋਣਾ ਦਾ ਪ੍ਰਚਾਰ ਚੱਲਦਾ ਸੀ, ਉਦੋਂ ਇੱਕ ਗੱਲ ਚੱਲਦੀ ਸੀ ਕਿ ਭਾਈ ਵੋਟਾਂ ਪਾ ਦਈਏ, ਸਰਦਾਰ ਅੰਮ੍ਰਿਤਪਾਲ ਸਿੰਘ ਹੋਰੀ ਬਾਹਰ ਆ ਜਾਣਗੇ। ਉਦੋਂ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਲੱਗਦੀ ਸੀ, ਉਹਨਾਂ ਦੇ ਸਮਰਥਕਾਂ ਨੂੰ ਵੀ, ਕਿ ਜੇ ਉਹ ਮੈਂਬਰ ਪਾਰਲੀਮੈਂਟ ਬਣ ਕੇ ਜੇ ਉਹਨਾਂ ਨੂੰ ਲੋਕਾਂ ਨੇ ਜਿਤਾ ਹੀ ਦਿੱਤਾ ਤਾਂ ਫਿਰ ਤਾਂ ਉਹਨਾਂ ਨੂੰ ਛੱਡਣਾ ਹੀ ਪਊਗਾ। ਪਰ ਦੇਖੋ, ਭਾਰਤੀ ਕਾਨੂੰਨ ਦੇ ਮੁਤਾਬਕ ਇਦਾਂ ਦੀ ਗੱਲ ਹੈ ਕੋਈ ਨਹੀਂ, ਜੋ ਅਜੇ ਤੱਕ ਜਿੰਨਾ ਕੁ ਵੀ ਕਾਨੂੰਨਾਂ ਦੇ ਮਾਹਿਰ ਦੱਸਦੇ ਆ ਕਿ ਮੈਂਬਰ ਪਾਰਲੀਮੈਂਟ ਬਣ ਜਾਣਾ ਜਾਂ MLA ਬਣ ਜਾਣਾ, ਤੁਸੀਂ ਜਿਹੜੇ ਕੇਸ ਦੇ ਵਿੱਚ ਅੰਦਰੋਂ ਉਹਦੇ ਵਿੱਚੋਂ ਬਾਹਰ ਆਉਣ ਦਾ ਉਹ ਕੋਈ ਪੈਮਾਨਾ ਜਾਂ ਫਾਰਮੂਲਾ ਨਹੀਂ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਸਹੁੰ ਚੁਕਾਉਣ ਦੇ ਲਈ ਜੇ ਸਪੀਕਰ ਸਾਹਿਬ ਜੇਲ੍ਹ ਦੇ ਸੁਪਰਡੈਂਟ ਨੂੰ ਲਿਖਣਗੇ ਜਾਂ ਸਰਦਾਰ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਆਪ ਅਦਾਲਤ ਚਲੇ ਜਾਣਗੇ ਤਾਂ ਅਦਾਲਤ ਦੇ ਹੁਕਮਾਂ ਤੋਂ ਬਾਅਦ ਫਿਰ ਜੇਲ੍ਹ ਸੁਪਰਡੈਂਟ ਪ੍ਰਬੰਧ ਕਰ ਦੇਣਗੇ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਲਿਆਂਦਾ ਜਾਵੇ। ਜੇ ਅੱਜ ਲਿਆਉਣਗੇ ਤਾਂ ਪਾਰਲੀਮੈਂਟ ਦੇ ਵਿੱਚ ਸਹੁੰ ਚੁੱਕ ਲੈਣਗੇ, ਜੇ ਅੱਜ ਤੋਂ ਬਾਅਦ ਲਿਆਉਣਗੇ ਤਾਂ ਸਪੀਕਰ ਦੇ ਚੈਂਬਰ ਦੇ ਵਿੱਚ ਸਹੁੰ ਚੁੱਕ ਲੈਣਗੇ, ਤਾਂ ਫਿਰ MP ਬਣਨ ਦੀ ਪ੍ਰਕਿਰਿਆ ਮੁਕੰਮਲ ਹੋ ਜੂ। ਇੱਥੇ ਇੱਕੋ ਹੀ ਚੀਜ਼ ਹੋਰ, ਥੋੜ੍ਹੇ ਮਹੀਨੇ ਪਹਿਲਾਂ ਰਾਜ ਸਭਾ ਦੇ ਮੈਂਬਰ ਸਨ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ, ਉਹਨਾਂ ਨੂੰ ਉਹ ਸ਼ਰਾਬ ਵਾਲੇ ਮਸਲੇ ਦੇ ਵਿੱਚ ਜੇਲ੍ਹ ਨਹੀਂ ਹੋਈ, ਹਵਾਲਾਤ ਦੇ ਵਿੱਚ ਸਨ, ਉਹ ਅਜੇ ਦੋਸ਼ੀ ਤਾਂ ਸਾਬਿਤ ਨਹੀਂ ਹੋਏ। ਉੱਥੇ ਉਹਨਾਂ ਦੀ ਰਾਜ ਸਭਾ ਦੀ ਮੈਂਬਰੀ ਦੀ ਮਿਆਦ ਖਤਮ ਹੋਈ, ਉਸ ਸੀਟ ਦੇ ਉੱਤੇ ਦੁਬਾਰਾ ਵੋਟਾਂ ਪਈਆਂ, ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੈਠਿਆਂ ਨੂੰ ਰਾਜ ਸਭਾ ਦੀ ਟਿਕਟ ਦਿੱਤੀ MP ਦੀ, ਅਤੇ ਉਹ MP ਬਣ ਗਏ, ਅਤੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਸਪੈਸ਼ਲ ਲਿਆਂਦਾ ਗਿਆ ਸੀ, ਪੁਲਿਸ ਕਸਟਡੀ ਦੇ ਵਿੱਚ ਹੀ ਉਹ ਆਣ ਕੇ ਉਹਨਾਂ ਨੇ ਰਾਜ ਸਭਾ ਦੇ ਮੈਂਬਰ ਦੇ ਰੂਪ ਦੇ ਵਿੱਚ ਆਪਣੀ ਸਹੁੰ ਚੁੱਕੀ ਸੀ ਅਤੇ ਦੁਬਾਰਾ ਉਹਨੂੰ ਜੇਲ੍ਹ 'ਚ ਵਾਪਸ ਲੈ ਗਿਆ ਸੀ। ਹੋ ਸਕਦਾ ਕਿ ਇੱਦਾਂ ਦੀ ਹੀ ਕਿਸੇ ਪ੍ਰਕਿਰਿਆ ਦਾ ਪ੍ਰਯੋਗ ਜਿਹੜਾ ਉਹ ਸਰਦਾਰ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਸਹੁੰ ਚੁੱਕ ਸਮਾਗਮ ਲਈ ਕੀਤਾ ਜਾਏ। ਨਹੀਂ, ਬਹੁਤੇ ਚਾਂਸ ਇਹੀ ਨੇ ਜੀ, ਕਿਉਂਕਿ ਹੁਣ ਜਿਸ ਹਿਸਾਬ ਨਾਲ ਸਮਾਂ ਇਹ ਆ ਗਿਆ, ਕਿਉਂਕਿ ਇੱਕ ਗੱਲ ਤਾਂ ਕਲੀਅਰ ਆ ਨਾ ਕਿ ਵੀ ਅਜੇ ਉਹ ਵੱਡਾ ਹਿੱਸਾ ਹੈ ਜਿਹਨੇ ਸਹੁੰ ਚੁੱਕਣੀ, ਮਤਲਬ ਇਹ ਉਹ ਸਮਾਗਮ ਨੇ ਜਿਹੜੇ ਆਮ ਤੌਰ 'ਤੇ ਕੰਟੀਨਿਊਟੀ ਦੇ ਵਿੱਚ ਚੱਲਦੇ ਆ ਜਦੋਂ ਵੀ ਕਿਤੇ ਕੋਈ ਨਵੀਂ ਪਾਰਲੀਮੈਂਟ ਚੁਣੀ ਜਾਂਦੀ। ਹੁਣ ਮੇਰਾ ਖਿਆਲ ਜੇ 18ਵੀਂ ਪਾਰਲੀਮੈਂਟ ਹੈ ਇਹ, ਅਤੇ ਹੁਣ ਅਗਲਿਆਂ ਨੇ ਤੁਸੀਂ ਦੇਖੋ ਵੀ ਪ੍ਰਧਾਨ ਮੰਤਰੀ ਪਹਿਲਾਂ ਕੌਣ ਹੋਣਗੇ, ਮੰਤਰੀ ਕੌਣ ਹੋਣਗੇ, ਉਹਨਾਂ ਨੂੰ ਸਹੁੰ ਚੁਕਾ ਲਈ, ਫਿਰ ਪ੍ਰਧਾਨ ਮੰਤਰੀ ਸਾਹਿਬ ਨੇ ਐਜ਼ ਏ ਮੈਂਬਰ ਪਾਰਲੀਮੈਂਟ ਜਾਂ ਐਜ਼ ਏ ਮੈਂਬਰ ਪਾਰਲੀਮੈਂਟ ਬਾਕੀ ਮੰਤਰੀ ਨੇ ਸਹੁੰ ਚੁੱਕ ਲਈ। ਹੁਣ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਸਾਰਿਆਂ ਨੇ ਐਜ਼ ਏ ਮੈਂਬਰ ਪਾਰਲੀਮੈਂਟ ਸਹੁੰ ਚੁੱਕਣੀ। ਹੁਣ ਇੱਕ ਗੱਲ ਤਾਂ ਇਹ ਵੀ ਹੈ, ਉਹ ਠੀਕ ਹੈ ਗੱਲ ਤੁਹਾਡੀ ਕਿ ਸੱਦਾ ਪੱਤਰ ਆਇਆ ਹੋਊਗਾ, ਹੁਣ ਇੱਕ ਗੱਲ ਤਾਂ ਵੀ ਹੈ ਵੀ ਸੱਦਾ ਪੱਤਰ ਦੇ ਮੁਤਾਬਕ ਜੇ ਤੁਸੀਂ ਉੱਥੇ ਨਹੀਂ ਪਹੁੰਚਦੇ ਤਾਂ ਉੱਥੇ ਉਹ ਗੈਰ ਹਾਜ਼ਰੀ ਦਾ ਕਾਰਨ ਵੀ ਦੱਸਣਾ ਪੈਣਾ। ਹੋ ਸਕਦਾ ਗੈਰ ਹਾਜ਼ਰੀ ਦਾ ਕਾਰਨ ਪਰਿਵਾਰ ਵਾਲੇ ਪਾਸਿਓਂ ਇਹੀ ਦੱਸ ਦਿੱਤਾ ਜਾਵੇ ਕਿ ਵੀ ਉਹ ਆ ਇਸ ਕੇਸ ਦੇ ਵਿੱਚ ਅੰਦਰ ਨੇ ਅਤੇ ਵੀ ਉਹ ਅਸਮਰੱਥ ਨੇ ਵੀ ਉੱਥੇ ਪਹੁੰਚ ਸਕਣ, ਇਸ ਕਰਕੇ ਜਾਂ ਤਾਂ ਸਮਾਂ ਦੇ ਦਿੱਤਾ ਜਾਵੇ ਜਾਂ ਫਿਰ ਕੋਈ ਨਾ ਕੋਈ ਚਾਰਾ ਜੀ ਚੱਲ ਰਹੀ ਹੈ। ਹੋ ਸਕਦਾ ਕੋਈ ਅਰਜ਼ੀ ਐਪਲੀਕੇਸ਼ਨ ਇਹ ਵੀ ਹੋਵੇ ਜਿਹਦੇ ਵਿੱਚ ਉੱਥੇ ਜਾ ਕੇ ਸਪੀਕਰ ਸਾਹਿਬ ਨੂੰ ਬੇਨਤੀ ਕਰ ਦਿੱਤੀ ਜਾਵੇ ਕਿ ਵੀ ਆਹ ਮੈਂਬਰ ਪਾਰਲੀਮੈਂਟ ਨੇ ਇਹ ਉੱਥੇ ਨੇ ਅਤੇ ਤੁਸੀਂ ਖੁਦ ਜਾਂ ਜੇਲ੍ਹ ਸੁਪਰਡੈਂਟ ਸਾਹਿਬ ਨੂੰ ਕਹੋ ਜਾਂ ਜੇ ਤੁਹਾਡਾ ਕੋਈ ਵੱਖਰਾ ਹੁਕਮ ਚੱਲਦਾ ਤਾਂ ਉਸ ਹਿਸਾਬ ਨਾਲ। ਇੱਕ ਚਰਚਾ ਹੋਰ ਮੈਂ ਵਿੱਚ ਐਡ ਕਰਦੇ ਹਾਂ, ਬੜੀ ਚਰਚਾ ਚੱਲਦੀ ਹੈ ਕਿ ਵੀ ਅੱਜ ਕੱਲ੍ਹ ਤਾਂ ਜੀ ਜੇਕਰ ਅਦਾਲਤਾਂ ਦੇ ਵਿੱਚ ਲਈ ਸੁਣਵਾਈ ਵੀਡੀਓ ਕਾਨਫਰੰਸਿੰਗ ਨਾਲ ਹੋ ਜਾਂਦੀ ਅਤੇ ਸਹੁੰ ਚੁੱਕ ਸਮਾਗਮ ਜਿਹੜਾ ਉਹ ਵੀ ਵੀਡੀਓ ਕਾਨਫਰੰਸਿੰਗ ਨਾਲ ਹੋ ਜੂਗਾ, ਪਰ ਮੈਨੂੰ ਲੱਗਦਾ ਵੀ ਅਜੇ ਤੱਕ ਇਹੋ ਜਿਹੀ ਕੋਈ ਉਦਾਹਰਣ ਕਦੀ ਕਿਤੇ ਹੋਈ ਨਹੀਂ ਭਾਰਤ ਦੇ ਵਿੱਚ। ਦਸਖਤ ਵਗੈਰਾ ਵੀ ਕਰਾਉਣੇ ਹੋਣ, ਹੋ ਸਕਦਾ ਨਾ, ਉਹੀ ਕਹਿ ਰਹਿਣਾ, ਕਿਉਂਕਿ ਮਤਲਬ ਆਨਲਾਈਨ ਪੇਸ਼ੀ ਇੱਕ ਹੋਰ ਚੀਜ਼ ਹੈ ਪਰ ਇੱਕ ਜ਼ਿੰਮੇਵਾਰ ਅਹੁਦੇ ਦੀ ਸਹੁੰ ਚੁੱਕਣਾ ਉਹ ਇੱਕ ਵੱਖਰੀ ਪ੍ਰਕਿਰਿਆ, ਉਹ ਜਿਹੜੀ ਮੇਰਾ ਖਿਆਲ ਪੋਸੀਬਿਲਿਟੀ ਨਹੀਂ ਬਣਦੀ। ਪਰ ਹਾਂ, ਜਿਹੜੀ ਤੁਸੀਂ ਸੰਜੇ ਸਿੰਘ ਹੋਰਾਲੇ ਉਦਾਹਰਣ ਦਿੱਤੀ ਹੈ ਇਹ ਬਹੁਤ ਵਾਜਬ ਆ ਅਤੇ ਇਹੀ ਮੇਰਾ ਖਿਆਲ ਟੁੱਕਦੀ। ਹੋ ਸਕਦਾ ਆਪਾਂ ਇਹ ਮੰਨ ਕੇ ਚੱਲੀਏ ਵੀ ਅੱਜ ਦਾ ਦਿਨ
ਜਦੋਂ 13 ਦੇ ਵਿੱਚੋਂ 12 ਮੈਂਬਰ ਪਾਰਲੀਮੈਂਟ ਸਹੁੰ ਚੁੱਕ ਲੈਣਗੇ, ਉਹਨਾਂ ਸਾਰਿਆਂ ਦੀਆਂ ਆਪੋ ਆਪਣੇ ਸੋਸ਼ਲ ਮੀਡੀਆ ਪੇਜਿਸ ਦੇ ਉੱਪਰ ਫੋਟੋਆਂ ਆ ਜਾਣਗੀਆਂ, ਵੀਡੀਓਜ਼ ਆ ਜਾਣਗੀਆਂ, ਚਰਚਾ ਸ਼ਾਮ ਤੱਕ ਮੀਡੀਆ ਦੇ ਵਿੱਚ ਪੂਰੀ ਹੋਏਗੀ ਜੀ ਇਹਨਾਂ ਨੇ ਸਹੁੰ ਚੁੱਕ ਲਈ। ਫਿਰ ਹੋ ਸਕਦਾ ਕਿਉਂਕਿ ਆਪਣਾ ਤਾਂ ਚਲੋ ਰਿਵਾਜ਼ ਨਹੀਂ ਹੈਗਾ ਆਪਣੇ ਟੀਵੀ ਦਾ, ਕਈ ਉਹ ਵਾਰ ਵਾਰ ਕਰ ਦਿੰਦੇ ਫੋਟੋ ਲਿਆਉਣ ਕੇ, ਕਿੱਥੇ ਨੇ ਅੰਮ੍ਰਿਤਪਾਲ, ਕਦੋਂ ਚੁੱਕਣਗੇ ਸਹੁੰ? ਉਹ ਅੱਜ ਸਾਰਾ ਦਿਨ ਹੋ ਸਕਦਾ ਕਿ ਚੱਲਦਾ ਰਹੇ, ਪਰ ਜਿੱਦਾਂ ਅਸੀਂ ਆਪ ਜੀ ਨੂੰ ਪਹਿਲਾਂ ਦੱਸਿਆ ਕਿ ਵੀ ਇਹ ਕੋਈ ਇਹ ਨਹੀਂ ਹੈ ਕਿ ਤਰੀਕ ਲੰਘ ਗਈ ਅਤੇ ਵੀ ਅੱਜ ਜੇ ਸਹੁੰ ਨਾ ਚੁੱਕੀ ਗਈ ਇੰਨੇ ਵਜੇ ਤੱਕ ਤਾਂ ਉਹ ਮੈਂਬਰ ਪਾਰਲੀਮੈਂਟ ਨਹੀਂ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਇੱਕ ਨਾ ਸੰਧਾਲੀਆ ਸਾਹਿਬ ਇੱਥੇ ਹੋਰ ਵੀ ਹੈ, ਦੇਖੋ ਕਿਸੇ ਹੇਠਲੀ ਅਦਾਲਤ ਤੋਂ ਤਾਂ ਸ਼ਾਇਦ ਕੋਈ ਸਥਿਤੀ ਦੇ ਵਿੱਚ ਤਬਦੀਲੀ ਨਾ ਹੋ ਸਕੇ। ਸਰਦਾਰ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਬਹੁਤ ਸਾਰੇ ਵਕੀਲ ਹੋਣਗੇ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵਕੀਲ ਨਿਰਧਾਰਿਤ ਕੀਤੇ, ਬਹੁਤ ਸਾਰੇ ਵਕੀਲ ਸਾਹਿਬ ਮੀਡੀਆ ਦੇ ਵਿੱਚ ਆ ਕੇ ਵੀ ਉਹਨਾਂ ਦੇ ਪੱਖ ਦੀ ਗੱਲ ਕਰਦੇ ਹੁੰਦੇ ਆ। ਅਸੀਂ ਤਾਂ ਸਾਨੂੰ ਇਹ ਲੱਗਦਾ ਕਿ ਸੁਪਰੀਮ ਕੋਰਟ ਦੇ ਵਿੱਚ ਜੇ ਕੋਈ ਪਟੀਸ਼ਨ ਪਾਈ ਜਾਵੇ, ਕਿਉਂਕਿ ਆਖਿਰਕਾਰ ਸਿਰੇ ਦਾ ਫੈਸਲਾ ਤਾਂ ਉੱਥੇ ਹੋਣਾ ਕਿ ਕੀ ਇੱਕ ਮੈਂਬਰ ਪਾਰਲੀਮੈਂਟ ਜੇ ਬੰਦਾ ਚੁਣਿਆ ਜਾਂਦਾ ਹੈ, ਜੇ ਲੋਕਾਂ ਦਾ ਯਕੀਨ ਹੀ ਉਸ ਬੰਦੇ ਦੇ ਉੱਤੇ ਹੈ, ਤਾਂ ਕੀ ਫਿਰ ਪਾਰਲੀਮੈਂਟ ਦੀ ਕਾਰਵਾਈ ਦੇ ਵਿੱਚੋਂ ਉਹਨੂੰ ਬਾਹਰ ਰੱਖਿਆ ਜਾ ਸਕਦਾ? ਕਿਉਂਕਿ ਮਸਲਾ ਸਹੁੰ ਚੁੱਕਣ ਦਾ ਨਹੀਂ, ਗੱਲਾਂ ਸੰਧਾਲੀਆ ਸਾਹਿਬ, ਉਹਦੇ ਨਾਲ ਤਾਂ ਇੱਕ MP ਬਣਨ ਦੀ ਪ੍ਰਕਿਰਿਆ ਪੂਰੀ ਹੋਣੀ ਹੈ, ਉਹਦੇ ਤੋਂ ਬਾਅਦ ਕੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਆਪਣੇ ਵਿਚਾਰ ਨਹੀਂ ਰੱਖਣੇ? ਸ਼੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਲੋਕਾਂ ਦੀ ਕੋਈ ਸਮੱਸਿਆ ਨਹੀਂ ਉਠਾਉਣੀ? ਕੀ ਇਹਦੇ ਤੋਂ ਇਲਾਵਾ ਜਿਹੜੀਆਂ ਪੰਜਾਬ ਦੀਆਂ ਜਾਂ ਸਿੱਖ ਭਾਈਚਾਰੇ ਦੀਆਂ ਜਿਹਨਾਂ ਦੀ ਉਹ ਨੁਮਾਇੰਦਗੀ ਕਰਨ ਦਾ ਦਾਅਵਾ ਕਰਦੇ ਆ, ਉਹਨਾਂ ਦੀ ਗੱਲ ਵੀ ਤਾਂ ਰੱਖਣੀ ਆ ਨਾ? ਜੇ ਤਾਂ ਟੀਚਾ ਇਕੱਲਾ MP ਬਣਨ ਦਾ ਹੋਵੇ, ਫਿਰ ਆਪਾਂ ਸਹੁੰ ਚੁੱਕ ਸਮਾਗਮ ਤੱਕ ਰਹਿ ਜਾਂਦੇ ਹਾਂ। ਮੈਂ ਇਹ ਵੀ ਕਹਿੰਦਾ ਕਿ ਜਿਹੜੇ ਸਮਰਥਕ ਵੀ ਉਹਨਾਂ ਦੇ, ਜਿਹੜੇ ਕਾਨੂੰਨੀ ਮਾਹਿਰ ਵੀ ਉਹਨਾਂ ਦੇ, ਉਹ ਕੇਵਲ ਸਹੁੰ ਚੁੱਕ ਸਮਾਗਮ ਤੱਕ ਦੀ ਗਤੀ ਨਾ ਫੜਨ ਕਿ ਭਾਈ ਉਹਨਾਂ ਨੂੰ ਸਹੁੰ ਚੁਕਾਉਣੀ ਚਾਹੀਦੀ ਸੀ, ਆ ਦੇਖੋ ਚੱਕ ਲਈ ਸਹੁੰ। ਸਹੁੰ ਚੁੱਕਣ ਤੋਂ ਬਾਅਦ ਜਦੋਂ ਫਿਰ ਜਾ ਕੇ ਪਾਰਲੀਮੈਂਟ ਦੇ ਵਿੱਚ ਗੱਲਾਂ ਬਾਤਾਂ ਹੋਣੀਆਂ, ਮੁੱਦੇ ਚੁੱਕੇ ਜਾਣੇ ਆ, ਕਿਹੜਾ ਮੁੱਦਾ ਉਹਨੂੰ ਕਿਵੇਂ ਐਡਰੈਸ ਕਰਨਾ, ਉਹਦੇ ਲਈ ਵੀ ਮੈਨੂੰ ਲੱਗਦਾ ਕਿ ਨਾਲ ਲੱਗਦੀ ਬਰਾਬਰ ਦੀ ਪਟੀਸ਼ਨ ਚਾਹੀਦੀ ਹੈ, ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋ ਜਾਵੇ, ਅਤੇ ਜੋ ਕੁਝ ਫਿਰ ਭਾਰਤ ਦਾ ਕੌਂਸਟੀਟਿਊਸ਼ਨ ਸੰਵਿਧਾਨ ਕਹਿੰਦਾ ਹੋਏਗਾ, ਜੇ ਤਾਂ ਅੱਜ ਤੱਕ ਕਦੇ ਇੱਦਾਂ ਪਹਿਲਾਂ ਹੋਇਆ ਹੋਏਗਾ, ਤਾਂ ਫਿਰ ਰਿਹਾਈ ਵੀ ਮਿਲ ਸਕਦੀ ਹੈ ਜਾਂ ਜ਼ਮਾਨਤ ਮਿਲ ਸਕਦੀ ਹੈ। ਅਸੀਂ ਨਹੀਂ ਕਹਿੰਦੇ ਕਿ ਭਾਈ ਕੇਸ ਦੇ ਮੁਕੰਮਲ ਹੋਣ ਤੋਂ ਪਹਿਲਾਂ ਰਿਹਾਈ ਦੇ ਦਿਓ, ਹਾਂ ਜ਼ਮਾਨਤ ਦੇ ਦਿਓ ਜੇ ਮਿਲ ਸਕਦੀ ਹੈ, ਅਤੇ ਜੇ ਨਹੀਂ ਮਿਲ ਸਕਦੀ ਤਾਂ ਘੱਟੋ ਘੱਟ ਉਹਨਾਂ ਦੇ ਸਮਰਥਕਾਂ ਨੂੰ ਇਹ ਗੱਲ ਕਲੀਅਰ ਜ਼ਰੂਰ ਹੋ ਜਾਣੀ ਚਾਹੀਦੀ ਹੈ। ਉਹ ਇੱਕ ਜਿਹੜੀ ਝੋਲ ਜਿਹੀ ਹੈ ਨਾ, ਇੱਕ ਜਿਹੜਾ ਭੁਲੇਖਾ ਜਿਹਾ, ਇੱਕ ਜਿਹੜਾ ਅਜੇ ਹਨੇਰਾ ਜਿਹਾ, ਅਜੇ ਘਟਾ ਜਿਹੀ ਛਾਈ ਹੋਈ ਹੈ, ਉਹ ਹਟ ਜਾਣੀ ਚਾਹੀਦੀ ਹੈ। ਜੇ ਨਾ ਹਟੀ ਤਾਂ ਫਿਰ ਚਰਚਾਵਾਂ ਹੀ ਨੇ ਲਗਾਤਾਰ, ਉਹਨਾਂ ਦੇ ਸਮਰਥਕ ਵੀ ਕਰਦੇ ਰਹਿਣਗੇ ਅਤੇ ਆਪਾਂ ਵੀ ਕਰਦੇ ਰਹਾਂਗੇ। ਦੇਖੋ ਵਾਟ ਸਾਹਿਬ, ਇਹ ਗੱਲ ਠੀਕ ਹੈ ਤੁਹਾਡੀ ਕਿ ਵੀ ਇਹ ਜੇ ਸ਼ੁਰੂਆਤ ਹੈ ਇੱਕ ਤਰ੍ਹਾਂ ਨਾਲ ਮੈਂਬਰ ਪਾਰਲੀਮੈਂਟ ਦੇ ਤੌਰ 'ਤੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਸਹੁੰ ਚੁੱਕਣ ਤੋਂ ਬਾਅਦ। ਹੁਣ ਇੱਕ ਗੱਲ ਆਪਾਂ ਇੱਥੇ ਜ਼ਰੂਰ ਐਡ ਕਰ ਦਈਏ ਕਿ ਵੀ ਇਹਦੇ ਵਿੱਚ ਥੋੜ੍ਹਾ ਜਿਹਾ ਫਰਕ ਹੈ ਸਥਿਤੀ 'ਚ, ਕਿਉਂਕਿ ਬਹੁਤ ਸਾਰੀਆਂ ਉਦਾਹਰਨਾਂ ਇਸ ਵਕਤ ਉਹ ਹੋਣਗੀਆਂ ਜਿਹਦੇ ਵਿੱਚ, ਜਿੱਦਾਂ ਹੁਣ ਆਪਾਂ ਕੇਜਰੀਵਾਲ ਹੋਰਾਂ ਦੀ ਉਦਾਹਰਨ ਲੈਂਦੇ ਹਾਂ, ਅਜੇ ਵੀ ਅੰਦਰ ਨੇ ਆਪਾਂ ਉਹਨਾਂ ਦੀ ਗੱਲ ਕੰਟੀਨਿਊ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਰ ਦਵਾਂ ਵੀ ਜਦੋਂ ਬੰਦਾ ਕਿਸੇ ਚੋਣ ਪ੍ਰਕਿਰਿਆ ਦੇ ਵਿੱਚ ਐਜ਼ ਏ ਉਮੀਦਵਾਰ ਆਉਂਦਾ, ਉਦੋਂ ਲੋਕ ਜਦੋਂ ਵੋਟਾਂ ਪਾਉਂਦੇ ਨੇ, ਜੇ ਉਹ ਉਦੋਂ ਉਹਦੇ 'ਤੇ ਉਹੋ ਜਿਹਾ ਕੋਈ ਕੇਸ ਜਾਂ ਉਹੋ ਜਿਹੀ ਕੋਈ ਚੀਜ਼ ਨਹੀਂ ਹੈ, ਇਹਦਾ ਮਤਲਬ ਕਿ ਲੋਕਾਂ ਨੂੰ ਇਹ ਮੰਨਿਆ ਜਾਵੇ ਕਿ ਵੀ ਅਜੇ ਉਸ ਗਲਤੀ ਬਾਰੇ ਜਾਂ ਉਸ ਕਾਰਨ ਬਾਰੇ ਜਾਂ ਉਸ ਕੇਸ ਬਾਰੇ ਨਹੀਂ ਸੀ ਪਤਾ, ਉਸ ਤੋਂ ਬਾਅਦ ਬੰਦੇ ਦੇ ਉੱਪਰ ਉਹ ਕੇਸ ਬਣਿਆ ਅਤੇ ਉਹ ਅੰਦਰ ਗਿਆ, ਫਿਰ ਅਦਾਲਤ ਉਹਨੂੰ ਕਿਸੇ ਹੋਰ ਐਂਗਲ ਤੋਂ ਦੇਖੂਗੀ। ਹੁਣ ਪਰ ਜਦੋਂ ਆਪਾਂ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਕੇਸ 'ਚ ਦੇਖਦੇ ਹਾਂ, ਤਾਂ ਉਹ ਪਹਿਲਾਂ ਤੋਂ ਅੰਦਰ ਸੀ, ਜੋ ਕੁਛ ਵੀ ਹੋਇਆ ਉਹ ਸਾਰਾ ਕੁਛ ਅੰਦਰ ਸੀ, ਐਂਡ ਅੰਦਰੋਂ ਨਾਮਜ਼ਦਗੀ ਪੱਤਰ ਦਾਖਲ ਹੋਇਆ, ਉਹਦੇ ਬਾਵਜੂਦ ਲੋਕਾਂ ਨੇ ਵੋਟਾਂ ਪਾਈਆਂ ਅਤੇ ਵੋਟਾਂ ਵੀ ਬਹੁਤ ਵੱਡੀ ਗਿਣਤੀ 'ਚ ਪਾਈਆਂ। ਹੁਣ ਸਥਿਤੀ ਹੋਰ ਹੈ ਕਿ ਵੀ ਉੱਥੇ ਕਿਹਾ ਇਹ ਜਾਂਦਾ, ਕਿਉਂਕਿ NSA ਦੇ ਤਹਿਤ ਇਹ ਕਿਹਾ ਜਾਂਦਾ ਵੀ ਇਸ ਬੰਦੇ ਤੋਂ ਜੀ ਇਸ ਚੀਜ਼ ਦਾ ਖਤਰਾ। ਹੁਣ ਜਦੋਂ ਖਤਰਾ ਹੈ ਤਾਂ ਖਤਰਾ ਤਾਂ ਲੋਕਾਂ ਨੇ ਹੁੰਦਾ ਨਾ ਦੇਸ਼ ਦੇ ਨਾਗਰਿਕਾਂ ਨੂੰ, ਅਤੇ ਦੇਸ਼ ਦੇ ਨਾਗਰਿਕ ਜਿਹੜੇ ਨੇ, ਖਾਸ ਕਰਕੇ ਉਸੇ ਹਲਕੇ ਦੇ ਜਿੱਥੋਂ ਉਹ ਬਿਲੋਂਗ ਕਰਦੇ ਨੇ, ਉਹਨਾਂ ਨੇ ਬਹੁਤ ਸਾਰੀਆਂ ਵੋਟਾਂ ਪਾ ਕੇ ਅਤੇ ਜੇ ਮੈਂਬਰ ਪਾਰਲੀਮੈਂਟ ਚੁਣਿਆ ਹੋਵੇ ਤਾਂ ਸਥਿਤੀ ਟੋਟਲੀ ਵੱਖਰੀ ਹੋਗੀ ਵੀ ਕਿਹਾ ਕੁਛ ਹੋਰ ਜਾ ਰਿਹਾ, ਲੋਕ ਕੁਛ ਹੋਰ ਕਹਿੰਦੇ ਨੇ। ਹੋ ਸਕਦਾ ਕਿ ਇਸ ਉਦਾਹਰਣ ਨੂੰ ਜਦੋਂ ਗਾਂ ਜਿੱਦਾਂ ਤੁਸੀਂ ਕਿਹਾ ਵੱਡੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ, ਅਤੇ ਹੋ ਸਕਦਾ ਕਿ ਕੋਈ ਇਤਿਹਾਸਕ ਫੈਸਲਾ ਵੀ ਆ ਜਾਵੇ।
ਕਿ ਭਵਿੱਖ ਦੇ ਵਿੱਚ ਜਦੋਂ ਕੋਈ ਇਹੋ ਜਿਹੀ ਸਥਿਤੀ ਬਣਦੀ ਆ ਤਾਂ ਉਦੋਂ ਜੇ ਕੋਈ ਬੰਦਾ ਮੰਨ ਲਓ ਕਿ ਇਸ ਤਰ੍ਹਾਂ ਜਿੱਤ ਜਾਂਦਾ ਅਤੇ ਉਹਨਾਂ ਹਾਲਾਤਾਂ 'ਚ ਉਹਨਾਂ ਸਥਿਤੀਆਂ ਦੇ ਵਿੱਚ ਕੀ ਕੀਤਾ ਜਾਣਾ ਚਾਹੀਦਾ, ਹੋ ਸਕਦਾ ਚੇਂਜ ਵੀ ਆ ਜਾਵੇ, ਇੱਕ ਹਿਸਟੋਰੀਕਲ ਚੇਂਜ ਹੋ ਸਕਦੀ। ਇੱਕ ਮੈਂ ਇੱਥੇ ਨਾ ਚੇਤਾ ਕਰਾ ਦਿਆਂ ਸੰਧਾਲੀਆ ਸਾਹਿਬ, ਜੇ ਪਿਛਲੇ ਜਿਹੜਾ ਭਾਰਤ ਦੀ ਪਾਰਲੀਮੈਂਟ ਦਾ 5 ਸਾਲ ਦਾ ਇਤਿਹਾਸ ਦੇਖੀਏ ਤਾਂ ਬਹੁਤ ਵੱਡੇ ਅੰਕੜੇ ਆਉਂਦੇ ਸੀ, ਇੰਨੇ ਲੋਕਾਂ ਦੇ ਉੱਤੇ ਅਪਰਾਧਕ ਕੇਸ ਨੇ, ਇੰਨੇ ਲੋਕਾਂ 'ਤੇ ਸੰਗੀਨ ਨੇ, ਇੰਨੇ ਲੋਕਾਂ 'ਤੇ ਸਧਾਰਨ ਕੇਸ ਹੈ, 26-26 28-28 ਫੀਸਦੀ ਲੋਕਾਂ 'ਤੇ ਕੇਸ ਹੁੰਦੇ ਸੀ। ਮਾਣਯੋਗ ਸੁਪਰੀਮ ਕੋਰਟ ਨੇ ਵੀ ਕਿਹਾ ਸੀ, ਕਈ ਹੋਰ ਅਹਿਮ ਸ਼ਖਸੀਅਤਾਂ ਜਿਹੜੀਆਂ ਕਿ ਜ਼ਿੰਮੇਵਾਰ ਅਹੁਦਿਆਂ 'ਤੇ ਬੈਠੀਆਂ ਉਹਨਾਂ ਨੇ ਵੀ ਕਿਹਾ ਸੀ ਕਿ ਘੱਟੋ ਘੱਟ ਲੋਕਾਂ ਦੇ ਚੁਣੇ ਨੁਮਾਇੰਦਿਆਂ ਦੇ ਕੇਸ ਜਿਹੜੇ ਉਹ ਤਾਂ ਫਾਸਟ ਟਰੈਕ ਕੋਰਟ ਦੇ ਵਿੱਚ ਲਾਓ ਨਾ, ਉਹਨਾਂ ਦਾ 6 ਮਹੀਨਿਆਂ ਸਾਲ ਦੇ ਵਿੱਚ ਫੈਸਲਾ ਕਰੋ, ਕਿਉਂਕਿ ਮੰਨ ਲਓ ਕਿ 5 ਸਾਲ ਕੇਸ ਚੱਲਦਾ ਰਹੇ, ਬੰਦਾ MP ਜਾਂ MLA ਬਣ ਜਾਏ, ਉਹਦੇ ਵਿੱਚ ਉਹ ਫੈਸਲੇ ਕਰਦਾ ਰਹੇ, ਕਿਉਂਕਿ ਬਹੁਤੇ ਬੰਦੇ ਤਾਂ ਜ਼ਮਾਨਤ ਦੇ ਹੁੰਦੇ ਆ, ਉਹਦੇ ਵਿੱਚ ਉਹ ਫੈਸਲਾ ਕਰਦਾ ਰਿਹਾ, ਕਾਨੂੰਨ ਬਦਲਾਉਣਾ ਕਿ ਨਹੀਂ ਬਦਲਾਉਣਾ, ਨਵਾਂ ਬਣਾਉਣਾ, ਕਾਨੂੰਨ 'ਚ ਸੋਧ ਕਰਨੀ ਹੈ, ਕੀ ਕਰਨਾ, ਅਤੇ 5-5 ਸਾਲੀ ਜਾ ਕੇ ਉਹ ਅਪਰਾਧੀ ਸਾਬਿਤ ਹੋ ਜਾਏ, ਉਹ ਦੋਸ਼ੀ ਸਾਬਿਤ ਹੋ ਜਾਏ, ਫਿਰ ਜਿਹੜੇ ਫੈਸਲਿਆਂ ਦੇ ਵਿੱਚ ਉਹਨੇ ਆਪਣੀ ਹਿੱਸੇਦਾਰੀ ਕੀਤੀ ਉਹ ਤਾਂ ਨਹੀਂ ਵਾਪਸ ਹੋ ਜਾਣੇ। ਇਸੇ ਕਰਕੇ ਕਿਹਾ ਗਿਆ ਸੀ ਕਿ ਭਾਈ ਘੱਟੋ ਘੱਟ ਲੋਕਾਂ ਦੇ ਚੁਣੇ ਉਹ ਨੁਮਾਇੰਦੇ ਜਿਨ੍ਹਾਂ ਨੇ ਲੋਕਾਂ ਦੇ ਭਵਿੱਖ ਦਾ ਫੈਸਲਾ ਕਰਨਾ ਹੈ, ਉਹਨਾਂ ਦੇ ਉੱਤੇ ਜਿੰਨੇ ਵੀ ਕੇਸ ਨੇ ਉਹ ਜਿੰਨੀ ਛੇਤੀ ਹੋ ਸਕਦਾ 19-6 ਨਿਪਟਾ ਦਿੱਤੇ ਜਾਣ, ਤਾਂ ਜੇ ਉਹ 19-6 ਨਿਪਟਾ ਦਿੱਤੇ ਜਾਣਗੇ ਕੰਮ ਜਿਹੜਾ ਉਹ ਫੇਰ ਹੀ ਸੂਤਰ ਆਉਣਾ, ਉਹ ਤਾਂ ਸੂਤ ਆਉਣਾ ਹੀ ਨਹੀਂ। ਹੁਣ ਮੈਨੂੰ ਇਹ ਵੀ ਲੱਗਦਾ ਕਿ ਠੀਕ ਹੈ ਤੁਹਾਡੀ ਗੱਲ ਕਿ ਸੁਪਰੀਮ ਕੋਰਟ ਜਾਣਾ ਚਾਹੀਦਾ, ਬੂਹਾ ਖੜਕਾਉਣਾ ਚਾਹੀਦਾ, ਇਤਿਹਾਸਿਕ ਫੈਸਲਾ ਆ ਸਕਦਾ, ਅਤੇ ਹੋ ਸਕਦਾ ਉਹ ਕਹਿਣ ਕਿ ਭਾਈ ਠੀਕ ਹੈ ਦੋਸ਼ ਲਾਏ ਆ, ਦੋਸ਼ ਲਾਏ ਆ ਅਤੇ ਅਦਾਲਤ ਦੇ ਵਿੱਚ ਡੇਲੀ ਬੇਸਿਸ ਦੇ ਉੱਤੇ ਕਾਰਵਾਈ ਕਰ ਲਓ, ਰੋਜ਼ ਕਾਰਵਾਈ ਹੋ ਜਾਵੇ, ਰੋਜ਼ ਜੇ ਸੁਣਵਾਈ ਹੋਊਗੀ ਉੱਥੇ, ਅਪੀਲਾਂ ਦਲੀਲਾਂ ਗਵਾਹ ਸਬੂਤ ਸਾਰਾ ਕੁਝ ਰੱਖਿਆ ਜਾਊਗਾ, 6 ਮਹੀਨੇ ਫੈਸਲਾ ਆ ਜਾਣਾ। ਬਿਲਕੁਲ ਸਹੀ ਗੱਲ। ਸੋ ਇਹ ਅੱਜ ਦਾ ਜਿਹੜਾ ਦਿਨ ਆ ਉਹ ਹੋ ਸਕਦਾ ਕਿ ਵੀ ਇਸੇ ਤਰ੍ਹਾਂ ਦੇ ਕਹਿ ਲਓ ਕਿ ਵੀ ਭੁਲੇਖੇ 'ਚ ਨਿਕਲ ਜਾਵੇ ਕਿ ਵੀ ਉਹ ਆਉਣਗੇ ਕਿ ਨਹੀਂ ਆਉਣਗੇ, ਸ਼ਾਮ ਤੱਕ ਆ ਜਾਣਗੇ ਕਿ ਨਹੀਂ ਆ ਜਾਣਗੇ, ਪਰ ਬਹੁਤਾ ਕਰਕੇ ਕਿਉਂਕਿ ਜੇ ਮੈਨੂੰ ਲੱਗਦਾ ਵੀ ਇਹ ਸਾਰੀ ਪ੍ਰਕਿਰਿਆ ਨੂੰ ਜੇ ਕੰਪਲੀਟ ਕਰਨਾ ਸੀ ਜਾਂ ਪੂਰਿਆਂ ਕਰਨਾ ਸੀ ਤਾਂ ਇਹ ਫੈਸਲਾ ਡਿਸੀਜਨ ਪਹਿਲਾਂ ਹੋ ਜਾਣਾ ਚਾਹੀਦਾ ਸੀ ਵੀ ਇਸ ਤਰੀਕ ਨੂੰ 9:00 ਇੰਨੇ ਮਿੰਟ ਦੇ ਉੱਪਰ ਉਹਨਾਂ ਨੇ ਸਹੁੰ ਚੁੱਕਣੀ ਆ, ਉਦੋਂ ਤੱਕ ਦੇ ਲਈ ਉਹਨਾਂ ਦਾ ਉੱਥੇ ਪਹੁੰਚਣਾ ਜ਼ਰੂਰੀ ਹੈ। ਪਰ ਜੇ ਇਹੋ ਜਿਹੀ ਕੋਈ ਖਬਰ ਅਜੇ ਤੱਕ ਨਹੀਂ ਆਈ ਇਹਦਾ ਮਤਲਬ ਇਹ ਹੋ ਗਿਆ ਕਿ ਵੀ ਕੋਈ ਵੱਖਰੀ ਪ੍ਰਕਿਰਿਆ ਜਿਹੜੀ ਹੈ ਬਾਅਦ ਦੇ ਵਿੱਚ ਸਪੀਕਰ ਦੇ ਚੈਂਬਰ ਦੇ ਵਿੱਚ ਸਹੁੰ ਚੁੱਕਣ ਵਾਲੀ ਉਹੋ ਜਿਹੀ ਸ਼ਾਇਦ ਅਪਣਾਈ ਜਾਵੇ। ਮੈਂ ਜਿਹੜੀ ਅੱਗੇ ਕੇਜਰੀਵਾਲ ਸਾਹਿਬ ਦੀ ਉਦਾਹਰਣ ਦਿੱਤੀ ਸੀ ਵੀ ਉਹ ਮੁੱਖ ਮੰਤਰੀ ਨੇ, ਉਹ ਕਹਿੰਦੇ ਵੀ ਨੇ ਵੀ ਮੈਂ ਮੁੱਖ ਮੰਤਰੀ ਹਾਂ, ਉਹ ਅੰਦਰ ਨੇ ਥੋੜ੍ਹੇ ਸਮੇਂ ਦੇ ਲਈ ਚਲੋ ਪ੍ਰਚਾਰ ਕਰਨ ਦੇ ਲਈ ਬਾਹਰ ਆਏ ਸੀ, ਉਸ ਤੋਂ ਬਾਅਦ ਆਸ ਉਮੀਦ ਇਹ ਸੀ ਵੀ ਸ਼ਾਇਦ ਉਹਨਾਂ ਨੂੰ ਦੁਬਾਰਾ ਜ਼ਮਾਨਤ ਮਿਲ ਜੇ, ਅਤੇ ਜਿੱਦਣ ਮੇਰਾ ਖਿਆਲ ਉਹ ਹੇਠਲੀ ਅਦਾਲਤ ਨੇ ਜ਼ਮਾਨਤ ਉਹਨਾਂ ਨੂੰ ਦਿੱਤੀ ਹੈ ਅਤੇ ED ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਸਾਬਤੀ ਕੁਝ ਨਹੀਂ ਕਰ ਸਕੇ ਮਹਾਰਾਜ ਇੱਦਾਂ ਕਿੱਦਾਂ, ਉੱਦਣ ਜਿੱਦਾਂ ਦੇ ਪਟਾਕੇ ਲਿਆਣ ਕੇ ਰੱਖੇ ਸੀ ਆਮ ਆਦਮੀ ਪਾਰਟੀ ਵਾਲੇ ਨੇ ਲੱਡੂ ਰੱਖੇ ਸੀ ਵੀ ਉਹ ਮੈਨੂੰ ਲੱਗਦਾ ਵੀ ਸਲਾਬੇ ਹੀ ਜਾਣੇ ਖਾਣੀ, ਕਿਉਂਕਿ ਉਦੋਂ ਬਾਅਦ ED ਨੇ ਹਾਈਕੋਰਟ ਜਾ ਕੇ ਦਰਵਾਜ਼ਾ ਖੜਕਾ ਤਾ ਵੀ ਮਹਾਰਾਜ ਸਾਡੀ ਤਾਂ ਗੱਲ ਨਹੀਂ ਸੁਣੀ, ਮਾਲਕੋ ਕਿਤੇ ਬੰਦਾ ਨਾ ਛੱਡ ਦਿਓ। ਹੁਣ ਹਾਈਕੋਰਟ ਨੇ ਫੈਸਲਾ ਸ਼ਾਇਦ 2 ਦਿਨ ਦਾ ਸਮਾਂ ਮੰਗ ਲਿਆ ਸੀ ਵੀ 2 ਦਿਨ ਬਾਅਦ ਸੁਣਾਉਣੇ, ਕੋਈ ਗੱਲ ਨਹੀਂ, ਇਹ 2 ਦਿਨ ਵੀ ਨਹੀਂ ਉਡੀਕਿਆ ਗਾ ਕੇਜਰੀਵਾਲ ਹੋਰਾਂ ਦੀ ਟੀਮ ਵੱਲੋਂ ਅਤੇ ਉਹ ਸੁਪਰੀਮ ਕੋਰਟ ਚਲ ਗਏ ਕਿ ਮਹਾਰਾਜ ਸੁਪਰੀਮ ਕੋਰਟ ਨੂੰ ਕਹੋ ਕਿ ਹਾਈਕੋਰਟ ਨੂੰ ਕਹੇ ਕਿ ਫਟਾਫਟ ਫੈਸਲਾ ਜਿਹੜਾ ਜੀ ਉਹ ਸੁਣਾ ਦੇਵੇ, ਜਾਂ ਫਿਰ ਜਿਹੜੀ ਹੇਠਲੀ ਅਦਾਲਤ ਹੈ ਉਹਦਾ ਫੈਸਲਾ ਜਿਉਂ ਦਾ ਤਿਉਂ ਲਾਗੂ ਕਰਕੇ ਅਤੇ ਸਾਨੂੰ ਜ਼ਮਾਨਤ ਦਿੱਤੀ ਜਾਵੇ। ਪਰ ਜਿੱਦਾਂ ਹੁਣ ਸੁਪਰੀਮ ਕੋਰਟ ਨੇ ਕਹਿ ਤਾ ਕਿ ਹਾਈਕੋਰਟ ਦਾ ਫੈਸਲਾ ਆਪਾਂ ਉਡੀਕ ਲੈਂਦੇ ਹਾਂ, ED ਕੋਈ ਕਾਹਲੀ ਨਹੀਂ, ਕਿਉਂਕਿ 2 ਦਿਨ ਹੀ ਮੰਗੇ ਨੇ, ਸੋਮਵਾਰ ਲੰਘ ਗਿਆ, ਮੰਗਲਵਾਰ ਅੱਜ ਹੈ ਅਤੇ ਕੱਲ੍ਹ ਦਾ ਦੇਣਾ, ਅਤੇ ਫਿਰ ਕਿੱਡੀ ਕੁ ਗੱਲਾਂ 'ਚੋਂ ਗੱਲ। ਹੁਣ ਇਹ ਜਿਹੜੀ ਮੇਰਾ ਖਿਆਲ ਹਾਲਾਂਕਿ ਹੈ ਤਾਂ 24 ਘੰਟਿਆਂ ਦੀ ਬ੍ਰੇਕ, ਪਰ 24 ਘੰਟਿਆਂ ਦੀ ਬ੍ਰੇਕ ਦੇ ਵਿੱਚ BP ਵਧੀਆ ਨਾ ਵਧਣਾ ਘਟਣਾ। ਸੰਧਾਲੀਆ ਸਾਹਿਬ ਦੇਖੋ, ਅੱਜ ਹਾਈਕੋਰਟ ਨੇ ਵੀ ਫੈਸਲਾ ਸੁਣਾ ਹੀ ਦੇਣਾ, ਉਹਨਾਂ ਨੇ ਜਾਂ ਬੀਤੇ ਕੱਲ੍ਹ ਦਾ ਦਿਨ ਮੰਗਿਆ ਸੀ ਅਤੇ ਜਾਂ ਅੱਜ ਦਾ, ਉਹਨਾਂ ਨੇ ਕਿਹਾ ਸੀ ਦੋਨਾਂ ਦਿਨਾਂ 'ਚ ਅਸੀਂ ਫੈਸਲਾ ਕਰ ਦਾਂਗੇ, ਲੇਟ ਵੀ ਕਰ ਸਕਦੇ ਆ, ਉਹ ਕੋਈ ਵੱਜੇ ਹੋ ਨਹੀਂ, ਉਹਨਾਂ ਨੇ ਕੋਈ ਲਿਖ ਕੇ ਨਹੀਂ ਦਿੱਤਾ ਕਿ ਐਫੀਡੈਵਿਟ ਦੇ ਦਿੱਤਾ ਕਿ ਭਾਈ ਅਸੀਂ ਫੈਸਲਾ ਕਰਨਾ, ਪਰ ਆ ਜਾਊਗਾ। ਪਰ ਇਹ ਗੱਲ ਤੁਹਾਡੀ ਠੀਕ ਹੈ ਕਿ ਹਾਈਕੋਰਟ ਦਾ ਫੈਸਲਾ ਉਡੀਕੇ ਤੋਂ ਬਿਨਾਂ ਹੀ ਸੁਪਰੀਮ ਕੋਰਟ ਚਲੇ ਜਾਣਾ, ਅਤੇ ਉੱਥੇ ਜਾ ਕੇ ਇਹ ਵੀ ਕਿਹਾ ਗਿਆ ਸੀ ਕਿ ਹੇਠਲੀ ਅਦਾਲਤ ਦਾ ਫੈਸਲਾ ਲਾਗੂ ਕਰ ਦਿਓ, ਸ਼ਾਇਦ ਕਿਤੇ ਨਾ ਕਿਤੇ ਜਾਪਦਾ ਹੋਊਗਾ ਕਿ ਹਾਈਕੋਰਟ ਇਸ ਦੀ ਫੈਸਲਾ ਅਦਾਲਤ ਦਾ ਫੈਸਲਾ ਪੱਕਾ ਹੀ ਨਾ ਰੋਕਦਾ। ਹੁਣ
ਸੁਪਰੀਮ ਕੋਰਟ ਤੋਂ ਆਸ ਤਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਇਹ ਸੀ ਕਿ ਉਹ ਕਹਿ ਦੇਣਗੇ ਕਿ ਹਾਈ ਕੋਰਟ ਆ ਲਿਓ, ਉਹ ਬਾਅਦ ਦੀ ਗੱਲ ਹੈ ਕਿ ਤੁਸੀਂ ਕੀ ਫੈਸਲਾ ਕਰਨਾ, ਪਹਿਲਾਂ ਜ਼ਮਾਨਤ 'ਤੇ ਬੰਦਾ ਛੱਡ ਦਿਓ। ਪਰ ਇੱਦਾਂ ਹੋਇਆ ਨਹੀਂ, ਇਹ ਤਾਂ ਹੈਗਾ ਝਟਕਾ ਅਰਵਿੰਦ ਕੇਜਰੀਵਾਲ ਹੋਰਾਂ ਦੇ ਲਈ। ਹਾਲਾਂਕਿ ਸੁਪਰੀਮ ਕੋਰਟ ਨੇ ਵੀ ਹੁਣੇ ਸੁਣਵਾਈ ਕਰ ਦੇਣੀ ਹੈ, ਅੱਜ ਨਹੀਂ ਤਾਂ ਕੱਲ੍ਹ ਕਰ ਦੇਣਗੇ ਵੱਧ ਤੋਂ ਵੱਧ ਇੱਥੇ ਤੱਕ ਹੀ। ਪਰ ਇੱਕ ਗੱਲ ਥੋੜ੍ਹੀ ਜਿਹੀ ਉਹਨਾਂ ਨੂੰ ਤਸੱਲੀ ਵੀ ਦਿੰਦੀ ਹੋਊਗੀ, ਉਹ ਇਹ ਕਿ ਜਦੋਂ ਸੁਪਰੀਮ ਕੋਰਟ ਇਸ ਮੁੱਦੇ 'ਤੇ ਸੁਣਵਾਈ ਕਰ ਰਹੇ ਸੀ, ਉਦੋਂ ਉਹਨਾਂ ਨੇ ਕਿਹਾ ਕਿ ਆਮ ਤੌਰ 'ਤੇ ਇੱਦਾਂ ਹੁੰਦਾ ਨਹੀਂ ਹੈ। ਜਿੱਦਾਂ ਇਹ ਹੋਇਆ ਨਾ ਕਿ ਭਾਈ ਹੇਠਲੀ ਅਦਾਲਤ ਨੇ ਜ਼ਮਾਨਤ ਦਿੱਤੀ ਤਾਂ ਅਗਲੇ ਦਿਨ ਜਿਹੜਾ ਉਹਦੇ 'ਤੇ ਰੋਕ ਲੱਗ ਗਈ, ਆਮ ਤੌਰ 'ਤੇ ਇੱਦਾਂ ਹੁੰਦਾ ਨਹੀਂ। ਜੇ ਹੁਣ ਹੋਇਆ ਤਾਂ ਜਦੋਂ ਇੰਨੀ ਕੁ ਵੀ ਟਿੱਪਣੀ ਹੋਵੇ ਤਾਂ ਹੇਠਲੇ ਜੱਜ ਸਾਹਿਬਾਨ ਜਿਹੜੇ ਆ ਉਹਨਾਂ ਨੂੰ ਬਹੁਤ ਫਿਰ ਧਿਆਨ ਰੱਖਣਾ ਪੈਂਦਾ ਅੱਗੇ ਫੈਸਲਾ ਕਰਦਿਆਂ। ਮੈਂ ਫਿਰ ਉੱਥੇ ਹੀ ਆਉਣਾ, ਜਿਸ ਦਲੀਲ ਨੂੰ ਕੱਟ ਕਰਦਿਆਂ ਹੇਠਲੀ ਅਦਾਲਤ ਨੇ ਈਡੀ ਨੂੰ ਪਰੇ ਕਰਕੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦਿੱਤੀ ਸੀ, ਜੇ ਤਾਂ ਉਹਦੇ ਤੋਂ ਈਡੀ ਕੋਈ ਵੱਖਰੀ ਦਲੀਲ ਦੇ ਗਈ ਹੋਈ, ਕੋਈ ਵੱਖਰਾ ਸਬੂਤ, ਕੋਈ ਗਵਾਹ ਪੇਸ਼ ਕਰ ਗਈ ਹੋਈ, ਕੋਈ ਬੇਸ ਨਵਾਂ ਬਣਾ ਗਈ ਹੋਈ, ਫਿਰ ਤਾਂ ਹੋ ਸਕਦਾ ਕਿ ਹੇਠਲੀ ਅਦਾਲਤ ਦਾ ਫੈਸਲਾ ਪਲਟ ਜਾਏ। ਪਰ ਜੇ ਉਹੀ ਦਲੀਲਾਂ ਹੋਈਆਂ, ਘੁਮਾ ਕੇ ਦਿੱਤੀਆਂ ਹੋਈਆਂ, ਫਿਰ ਸ਼ਾਇਦ ਜ਼ਮਾਨਤ ਦਾ ਫੈਸਲਾ ਪਲਟੇ ਨਾ। ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਸੀ ਲੱਡੂਆਂ ਦੀ ਕਿ ਸਲਾਬੇ ਨਾ ਜਾਣ, ਸੰਧਾਲੀਆ ਸਾਹਿਬ, ਉਹ ਗੱਲ ਆ ਸ਼ੁੱਕਰਵਾਰ ਦੀ, ਸ਼ੁੱਕਰਵਾਰ ਦੀ ਗੱਲ ਹੈ। ਤਾਂ ਤੁਹਾਨੂੰ ਕੀ ਲੱਗਦਾ, ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਉਹ ਲੱਡੂ ਕਿਸੇ ਨਾ ਕਿਸੇ ਦੇ ਘਰੇ ਪਏ ਹੋਣੇ? ਤਾਂ ਹਰ ਘਰ 'ਚ ਨਿਆਣੇ ਹੁੰਦੇ, ਆਪਾਂ ਛੋਟੇ ਹੁੰਦੇ ਛੱਡਦੇ ਹੁੰਦੇ ਸੀ ਲੱਡੂ, ਸਲਾਬਣ ਦੇਈਦੇ ਲੱਡੂ। ਚਲੋ ਉਹ ਮਾੜਾ ਮੋੜ ਦੇ ਵਿੱਚ ਠੁੰਗਾ ਵੱਜ ਗਿਆ ਹੋਣਾ, ਪਰ ਮੈਂ ਉਹ ਗੱਲ ਕਰਦਾ ਵੀ ਦੇਖੋ, ਇੱਕ ਗੱਲ ਤਾਂ ਕਲੀਅਰ ਹੈ ਵੀ ਜੇ ਕੋਈ ਆਖੇ ਵੀ ਦਿੱਲੀ, ਕਿਉਂਕਿ ਕਈ ਥਾਵਾਂ ਦੇ ਉੱਪਰ ਇਸ ਤਰ੍ਹਾਂ ਵੀ ਪ੍ਰਚਾਰ ਸੀਗਾ ਕਿ ਦਿੱਲੀ ਕੇ ਲੋਕੋਂ ਮਿੰਤਜ਼ਾਰ ਲਈ ਦਿੱਲੀ ਕੇ ਲੋਕ ਐਸੇ ਹੋ ਗਏ। ਮੈਨੂੰ ਨਹੀਂ ਲੱਗਦਾ ਵੀ ਲੋਕਾਂ ਨੂੰ ਕੋਈ ਬਹੁਤਾ ਫਰਕ ਹੈ। ਹੁਣ ਗਰਮੀ ਜਿੰਨੀ, ਜਿਹਦੇ ਟੂਟੀ 'ਚ ਪਾਣੀ ਨਹੀਂ ਆਉਂਦਾ, ਨਿਆਣੇ ਵਿਲਕਦੇ ਨੇ, ਉਹਦੇ ਵਿਚਾਰਾ ਪਾਣੀ ਡੀਗਦਾ, ਉਹਨੂੰ ਜਮਾਨਤਾ ਦੇ ਪਤਾ ਹੀ ਨਹੀਂ ਹੋਣਾ ਵੀ ਕਿਤੇ ਲੱਗੀ ਕਿ ਨਹੀਂ ਲੱਗੀ। ਹਾਂ, ਉਹ ਜਿਹੜੇ ਉਹਨਾਂ ਦੇ ਲੀਡਰ ਸਾਹਿਬਾਨ ਨੇ ਜਾਂ ਜਿਹੜੇ ਬਹੁਤ ਨੇੜਲੇ ਵਰਕਰ ਨੇ, ਉਹਨਾਂ ਨੂੰ ਝਟਕਾ ਜ਼ਰੂਰ ਹੋ ਸਕਦਾ। ਪਰ ਗੱਲ ਤੁਹਾਡੀ ਠੀਕ ਆ ਵੀ ਅੱਜ ਇਹ ਫੈਸਲਾ ਆ ਗਿਆ, ਜਾਂ ਜੇ ਮੰਨ ਲਓ ਅੱਜ ਨਹੀਂ ਵੀ ਫੈਸਲਾ ਆਉਂਦਾ, ਅਤੇ ਫਿਰ ਵੀ ਹੋ ਸਕਦਾ ਦੁਬਾਰਾ ਸੁਪਰੀਮ ਕੋਰਟ ਜਾ ਕੇ ਕੇਜਰੀਵਾਲ ਸਾਹਿਬ ਦੀ ਟੀਮ ਕਹੇ ਕਿ ਮਹਾਰਾਜ 2 ਦਿਨ ਮੰਗੇ ਸੀ, ਉਹਨਾਂ ਨੇ ਫੈਸਲਾ ਸੁਣਾਇਆ ਨਹੀਂ, ਮਾਲਕੋ ਤੁਸੀਂ ਕੋਈ ਨਾ ਕੋਈ ਗਾਈਡਲਾਈਨਸ ਤਾਂ ਦਿਓ। ਅਤੇ ਜੇ ਜਿੱਦਾਂ ਬਹੁਤੇ ਚਾਂਸ ਨੇ ਵੀ ਇੱਧਰੋਂ ਫੈਸਲਾ ਆ ਜਾਂਦਾ, ਅਤੇ ਹੋ ਸਕਦਾ ਕਿ ਵੀ ਇਸ ਫੈਸਲੇ ਦੇ ਵਿੱਚ ਹੀ ਛੁਟਕਾਰਾ ਹੋ ਜਾਵੇ, ਵੀ ਹਾਈ ਕੋਰਟ ਵੀ ਕਹਿ ਦੇਵੇ ਵੀ ਨਹੀਂ ਜੀ ਕੁਛ ਨਵੀਂ ਗੱਲ ਤੁਸੀਂ ਰੱਖੀ ਨਹੀਂ, ਸੋ ਆਪਾਂ ਹੇਠਲੀ ਅਦਾਲਤ ਦੇ ਹਿਸਾਬ ਨਾਲ ਤੁਹਾਨੂੰ ਜ਼ਮਾਨਤ ਦਿੰਦੇ ਹਾਂ, ਅਤੇ ਜੇ ਈਡੀ ਵਾਲੇ ਆਖਣ ਜੀ ਸਾਡੀ ਗੱਲ ਸੁਣ ਲਓ, ਤਾਂ ਉਹਨਾਂ ਨੇ ਕੋਈ ਨਵੀਂ ਗੱਲ ਲੈ ਆਓ, ਫਿਰ ਦੇਖ ਲਵਾਂਗੇ ਕੀ ਗੱਲ ਬਣਦੀ। ਹੁਣ ਇੱਕ ਗੱਲ ਤਾਂ ਪੱਕੀ ਆ ਵੀ ਇਹ ਉਹ ਮੋੜ ਆ ਜਾਂ ਉਹ ਵਾਲਾ ਚੌਂਕ ਆ ਜਿਸ ਚੌਂਕ ਤੋਂ ਆਮ ਆਦਮੀ ਪਾਰਟੀ ਦਾ ਭਵਿੱਖ ਤੈਅ ਹੋਣਾ, ਕਿਉਂਕਿ ਅਗਲੀਆਂ ਵਿਧਾਨ ਸਭਾ ਚੋਣਾਂ ਸਿਰ 'ਤੇ ਨੇ, ਉੱਧਰੋਂ ਜਿਹੜੀ ਚੂੜੀ ਉਹ ਟੈਟ ਆ, ਜਿਹੜੀ ਇਹ ਸਰਕਾਰ ਉਡੀਕਦੇ ਸੀ ਵੀ ਸ਼ਾਇਦ ਕੇਂਦਰ ਵਾਲੀ ਬਦਲ ਜਾਵੇ, ਚੇਂਜ ਹੋ ਜਾਵੇ ਜਾਂ ਕੁਛ ਤਬਦੀਲੀ ਆ ਜਾਵੇ, ਅਤੇ ਜਿਹੜਾ ਸਾਡੇ ਦੇ ਉੱਪਰ ਇੱਕ ਕਹਿ ਲਓ ਕਿ ਵੀ ਵੱਡੀ ਸਾਰੀ ਮੋਹਰ ਲੈ ਕੇ ਬੈਠੇ ਨੇ ਉਪ ਰਾਜਪਾਲ ਸਾਹਿਬ, ਉਹ ਕੋਈ ਵੀ ਕੰਮ ਕਰਨ ਲੱਗਦੇ ਅਤੇ ਨਾਲ ਦੀ ਨਾਲ ਹੀ ਉਹ ਰੋਕ ਦਿੰਦੇ ਨੇ। ਮੈਨੂੰ ਲੱਗਦਾ ਵੀ ਉਹ ਵਾਲਾ ਜਿਹੜਾ ਠੱਪਾ ਉਹ ਤਾਂ ਜਿਉਂਦਾ ਤਿਉਂ, ਕਿਉਂਕਿ ਹੁਣ ਤੀਸਰੀ ਵਾਰ ਮੋਦੀ ਸਰਕਾਰ ਆ ਗਈ, ਉਹਨਾਂ ਦਾ ਡੰਡਾ ਜਿਉਂਦਾ ਜਿਉਂ ਆ। ਉਦੋਂ ਬਾਅਦ ਜਿਹੜੀ ਇਹਨਾਂ ਨੂੰ ਇਹ ਲੱਗਦਾ ਸੀ ਵੀ ਸਾਡਾ ਕਾਂਗਰਸ ਦੇ ਨਾਲ ਗੱਠਜੋੜਿਆ ਅਤੇ ਅਸੀਂ ਕੋਈ ਨਾ ਕੋਈ ਐਮ ਪੀ ਜਿਤਾ ਲਈ, ਉਹ ਵੀ ਗੱਲ ਨਹੀਂ ਬਣੀ, 7 ਦੇ 7 ਐਮ ਪੀ ਵੀ ਬੀਜੇਪੀ ਦੇ ਨੇ। ਯਾਨੀ ਕਿ ਸਥਿਤੀਆਂ ਪਰਿਸਥਿਤੀਆਂ ਜਿਉਂਦੀਆਂ ਤਿਉਂ ਨੇ, ਅਤੇ ਜੇ ਇਹਨਾਂ ਹਾਲਾਤਾਂ ਦੇ ਵਿੱਚ ਕੇਜਰੀਵਾਲ ਸਾਹਿਬ ਅਜੇ ਅੰਦਰ ਰਹਿ ਜਾਂਦੇ ਆ, ਅਤੇ ਫਿਰ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣ ਤੁਹਾਨੂੰ ਪਤਾ ਹੀ ਆ। ਦੇਖੋ ਲੱਡੂ ਉਹੀ ਹੁੰਦਾ ਸੰਧਾਲੀਆ ਸਾਹਿਬ, ਅਤੇ ਜਦੋਂ ਜ਼ਮਾਨਤ ਮਿਲਣ ਦਾ ਫੈਸਲਾ ਸੀ ਲੱਡੂ ਸਿੱਧਾ ਅੰਦਰ ਨੂੰ ਜਾਂਦਾ ਘੁਲ ਜਾਂਦਾ ਹੈ, ਅਤੇ ਹੁਣ ਉਹੀ ਲੱਡੂ ਜਿਹੜਾ ਆ ਉਹ ਜਿੱਡਾ ਜਿਹਾ ਹੋ ਜਾਂਦਾ ਗਰੀਸ ਵਰਗਾ। ਚਲੋ, ਇੱਥੇ ਇੱਕ ਗੱਲ ਪੰਜਾਬ 'ਚ ਵੀ ਚੱਲਦੀ ਆ ਕਿ ਜੇ ਕੇਜਰੀਵਾਲ ਸਾਹਿਬ ਨੂੰ ਜ਼ਮਾਨਤ ਮਿਲ ਗਈ, ਕਿਉਂਕਿ ਐਤਕੀ ਜ਼ਮਾਨਤ ਖੁੱਲ੍ਹੀ ਮਿਲਣੀ ਆ ਸਿਰਫ ਉਸ ਕੇਸ ਦੇ ਨਾਲ ਸੰਬੰਧਿਤ ਕੁਝ ਸ਼ਰਤਾਂ ਨੂੰ ਛੱਡ ਕੇ, ਕਿ ਉਹ ਪੰਜਾਬ 'ਚ ਆ ਕੇ ਫਿਰ ਜਲੰਧਰ ਦੀ ਜ਼ਿਮਨੀ ਚੋਣ ਦੇ ਵਿੱਚ, ਜਲੰਧਰ ਵੈਸਟ ਦੀ ਜ਼ਿਮਨੀ ਚੋਣ ਦੇ ਵਿੱਚ ਵੀ ਆ ਕੇ ਪ੍ਰਚਾਰ ਕਰ ਸਕਦੇ ਆ। ਕਿਉਂ ਨਹੀਂ ਕਰ ਸਕਦੇ? ਕਰ ਸਕਦੇ ਆ, ਪਰ ਪ੍ਰਚਾਰ ਤਾਂ ਉਹਨਾਂ ਨੇ ਪਹਿਲਾਂ ਵੀ ਕੀਤਾ, ਉਹ ਪਟਿਆਲੇ ਵੀ ਆਏ ਸੀ ਕਿ ਪਟਿਆਲਾ ਆਮ ਆਦਮੀ ਪਾਰਟੀ ਨੇ ਜਿੱਤ ਲਿਆ, ਉਹ ਲੁਧਿਆਣੇ ਵੀ ਗਏ ਸੀ ਕਿ ਲੁਧਿਆਣਾ ਆਮ ਆਦਮੀ ਪਾਰਟੀ ਨੇ ਜਿੱਤ ਲਿਆ, ਅਤੇ ਉਹ ਜਿਹੜੇ ਲਾਲਜੀਤ ਸਿੰਘ ਭੁੱਲਰ ਦੇ ਹੱਕ ਦੇ ਵਿੱਚ ਵੀ ਪ੍ਰਚਾਰ ਕਰਕੇ ਆਏ ਸੀ ਕਿ ਲਾਲਜੀਤ ਸਿੰਘ ਭੁੱਲਰ ਹੋਰੀ ਜਿੱਤ ਗਏ, ਉਹਨਾਂ ਨੇ ਤਾਂ
ਅੰਮ੍ਰਿਤਸਰ ਵੀ ਪ੍ਰਚਾਰ ਕੀਤਾ ਸੀ, ਮੇਰੇ ਖਿਆਲ ਰਾਤ ਵੀ ਰਹੇ ਸੀ ਅੰਮ੍ਰਿਤਸਰ, ਤਾਂ ਕੀ ਉਹ ਜਿੱਤ ਗਏ? ਜਲੰਧਰ ਦੇ ਵਿਚਲਾ ਰੋਡ ਸ਼ੋਅ ਮੈਨੂੰ ਅਰਵਿੰਦ ਕੇਜਰੀਵਾਲ ਸਾਹਿਬ ਦਾ ਅੱਜ ਤੱਕ ਚੇਤਾ ਹੈ, ਅਤੇ ਉੱਥੋਂ 2.25 ਲੱਖ ਨਾਲ ਚੰਨੀ ਸਾਹਿਬ ਜਿੱਤੇ। ਦੂਜੇ ਨੰਬਰ ਦੇ ਉੱਤੇ ਰਿੰਕੂ ਸਾਹਿਬ ਅਤੇ ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਟੀਨੂ ਤੀਜੇ ਨੰਬਰ 'ਤੇ ਹੈ। ਜਾਣੀ ਮੇਰੇ ਕਹਿਣ ਦਾ ਭਾਵ ਕਿ ਲੀਡਰ ਕੋਈ ਆ ਜਾਏ, ਲੀਡਰ ਤਾਂ ਆ ਕੇ ਗੱਲ ਕਰ ਸਕਦਾ, ਲੀਡਰ ਤਾਂ ਇਕੱਠ ਨੂੰ ਆ ਕੇ ਸੰਬੋਧਨ ਕਰ ਸਕਦਾ, ਕੰਮ ਤਾਂ ਤੁਸੀਂ ਪਹਿਲਾਂ ਕੀਤੇ ਹਨ। ਜੇ ਅਜੇ ਵੀ ਕੋਈ ਬੰਦਾ ਇਹ ਸੋਚਦਾ ਕਿ ਭਾਈ ਸਾਡੇ ਬਾਹਰੋਂ ਲੀਡਰ ਆ ਜਾਣਗੇ, ਆਣ ਕੇ ਪ੍ਰਚਾਰ ਕਰਨਗੇ ਅਤੇ ਪ੍ਰਚਾਰ ਕਰਕੇ ਤਾਂ ਫਿਰ ਉਹਨਾਂ ਨੇ ਸਾਡੇ ਉਮੀਦਵਾਰ ਨੂੰ ਜਿਤਾ ਦੇਣਾ, ਉਹ ਉਹਨਾਂ ਦਾ ਭੁਲੇਖ ਹੈ। ਉਸ ਭੁਲੇਖੇ ਦੇ ਵਿੱਚ ਉਹਨਾਂ ਨੂੰ ਬਾਹਰ ਨਿਕਲ ਆਉਣਾ ਚਾਹੀਦਾ। ਇਸ ਲਈ ਤਾਂ ਲੋਕਾਂ ਨੇ ਝੋਨਾ ਲਾਉਣਾ, ਇਸ ਲਈ ਤਾਂ ਗਰਮੀ ਹੈ, ਇਸ ਲਈ ਤਾਂ ਲੋਕਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਹੈ, ਇਸ ਲਈ ਤਾਂ ਲੋਕ ਚਾਹੁੰਦੇ ਆ ਕਿ ਭਾਈ ਭਾਵੇਂ ਰਾਤ ਨੂੰ ਬਾਹਰਲਾ ਦਰਵਾਜ਼ਾ ਖੁੱਲ੍ਹਾ ਵੀ ਰਹਿ ਜਾਵੇ ਨਾ, ਅਤੇ ਸਾਨੂੰ ਚਿੰਤਾ ਨਾ ਹੋਵੇ, ਅਸੀਂ ਆਰਾਮ ਨਾਲ ਸਿਰਹਾਣੇ ਥੱਲੇ ਬਾਂਹ ਦੇ ਕੇ ਘਰਾੜੇ ਮਾਰੀਏ। ਤਾਂ ਜੇ ਇਸ ਤਰ੍ਹਾਂ ਦੀ ਵੀ ਚਿੰਤਾ ਹੋਵੇ ਯਾਰ, 'ਚ ਕੁੰਡਾ ਲਾਇਆ ਵੀ ਆ ਪਰ ਅਗਲਿਆਂ ਦਾ ਕੀ ਪਤਾ ਕੰਧ ਟੱਪ ਕੇ ਨਾ ਵੜਨ ਅਤੇ ਆਣ ਕੇ ਤੰਗ ਪਰੇਸ਼ਾਨ ਕਰਨ, ਔਖਾ ਕਰਨ। ਆਮ ਲੋਕਾਂ ਨੇ ਵੋਟਾਂ ਇਹਨਾਂ ਮੁੱਦਿਆਂ ਦੇ ਉੱਤੇ ਪਾਉਣੀਆਂ, ਇਸ ਮੁੱਦੇ ਦੇ ਨਾਲ ਨਹੀਂ ਪਾਉਣੀਆਂ ਕਿ ਦਿੱਲੀ ਤੋਂ ਕੌਣ ਆਉਂਦਾ ਹੈ, ਬੰਗਲੌਰ ਤੋਂ ਕੌਣ ਆਉਂਦਾ ਹੈ, ਗੁਜਰਾਤ ਤੋਂ ਕੌਣ ਆਉਂਦਾ ਹੈ, ਵਾਇਨਾਡ ਤੋਂ ਕੌਣ ਆਉਂਦਾ, ਇਸ ਗੱਲ ਦੇ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਅੱਛਾ ਵਟਸਐਪ, ਇੱਕ ਗੱਲ ਹੈ ਵੀ ਆਪਾਂ, ਮੇਰਾ ਖਿਆਲ ਬੜਾ ਚਿਰ ਹੋ ਗਿਆ ਉਸ ਫੈਸਲੇ ਨੂੰ ਉਡੀਕਦੇ ਹਾਂ ਕਿ ਵੀ ਜਦੋਂ ਕਿਸਾਨ ਤੁਰੇ ਸੀ ਤਾਂ ਉਹ ਕਹਿੰਦੇ ਸੀ ਅਸੀਂ ਦਿੱਲੀ ਜਾਣਾ, ਬ੍ਰੇਕ ਲੱਗ ਗਈ, ਉਹ ਕਹਿੰਦੇ ਨਾ ਜੀ ਸ਼ੰਭੂ ਵਾਲਾ ਬਾਰਡਰ ਨਹੀਂ ਟੱਪਣ ਦੇਣਾ। ਉਹਦੇ 'ਚ ਚਲੋ ਕਈ ਉਤਰਾਅ ਚੜ੍ਹਾਅ ਆਏ, ਉਸ ਤੋਂ ਬਾਅਦ ਉਹ ਕਿਸਾਨ ਜਥੇਬੰਦੀਆਂ ਵੀ ਦੋ ਥਾਈਂ ਹੋ ਗਈਆਂ, ਉਹ ਕਹਿੰਦੇ ਜੀ ਇਹ ਧਿਰ ਵੱਖਰੀ ਆ, ਦੂਜੀ ਧਿਰ ਵੱਖਰੀ ਹੈ। ਲੋਕਾਂ ਨੂੰ ਐਂ ਲੱਗਦਾ ਸੀ ਵੀ ਚਲੋ ਇਲੈਕਸ਼ਨਾਂ ਕਰਕੇ ਆ, ਇਲੈਕਸ਼ਨਾਂ ਲੰਘ ਗਈਆਂ ਹੁਣ ਕੰਮ ਮੁੱਕ ਜੂ, ਪਰ ਉਹ ਜੇ ਆਪਾਂ ਉਹ ਕਹੀਏ ਵੀ ਉਹ ਮੋਰਚਾ ਕਹਿ ਲਓ ਜਾਂ ਉੱਥੇ ਧਰਨਾ ਕਹਿ ਲਓ, ਉਹ ਜਿਉਂਦਾ ਤਿਉਂ ਹੈ ਨਾ ਸ਼ੰਭੂ ਬਾਰਡਰ ਵਾਲਾ। ਹੁਣ ਜਿਹੜੀ ਇਹ ਚਰਚਾ ਚੱਲ ਪਈ ਜਾਂ ਕਹਿ ਲਓ ਕਿ ਇੱਕ ਤਰ੍ਹਾਂ ਦਾ ਝਗੜਾ ਹੀ ਹੋਇਆ ਕਿ ਵੀ ਉੱਥੇ ਜੀ ਕੁਛ ਲੋਕ ਗਏ ਅਤੇ ਉਹਨਾਂ ਲੋਕਾਂ ਨੇ ਆਖਿਆ ਵੀ ਸੀ ਆਹ ਲਾਗਲੇ ਪਿੰਡਾਂ ਤੋਂ ਆ ਜੀ ਸਾਨੂੰ ਰਾਹ ਚਾਹੀਦਾ, ਲਾਂਘਾ ਚਾਹੀਦਾ। ਹੁਣ ਉਸ ਚੀਜ਼ ਨੂੰ ਲੈ ਕੇ ਜਿਹੜਾ ਬਹਿਸ ਬਸਈਆ ਚੱਲ ਪਿਆ ਅਤੇ ਦੋਸ਼ ਇਹ ਲੱਗਣ ਲੱਗ ਪਏ ਨੇ ਜੀ ਵੀ ਇਹ ਫਲਾਨੀ ਧਿਰ ਦੇ ਨੇ, ਉਹ ਕਹਿੰਦਾ ਜੀ ਇਹ ਫਲਾਨੀ ਧਿਰ ਦੇ ਨੇ, ਇਹਦੀ ਵੈਸੇ ਆਸ ਉਮੀਦ ਤਾਂ ਨਹੀਂ ਸੀ। ਪਰ ਜੋ ਇਹ ਹੋਇਆ, ਜੇ ਮੈਂ ਇਹ ਕਹਾਂ ਵੀ ਕਿਸਾਨ ਜਥੇਬੰਦੀਆਂ ਜਾਂ ਕਿਸਾਨੀ ਧਿਰਾਂ ਦੇ ਹੱਕ 'ਚ ਹੋਇਆ, ਉਹ ਲੱਗਦਾ ਨਹੀਂ। ਦੇਖੋ ਸੰਧਾਲੀਆ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੁਬਾਰਾ ਚੇਤਾ ਕਰਾਉਣਾ ਜ਼ਰੂਰੀ ਹੈ ਕਿ ਉਹ ਸੜਕ ਬੰਦ ਹੈ, ਜਲੰਧਰੋਂ ਦਿੱਲੀ ਵਾਲੀ ਸੜਕ ਸ਼ੰਭੂ 'ਤੇ ਬੰਦ ਹੈ, ਤੁਸੀਂ ਸਿੱਧੇ ਨਹੀਂ ਜਾ ਸਕਦੇ, ਤੁਹਾਨੂੰ ਵਿੰਗ ਬਲ ਪਾ ਕੇ ਜਾਣਾ ਪੈਂਦਾ। ਸੜਕ ਬੰਦ ਹੈ ਦਾ ਮਤਲਬ ਕਿ ਮੋਰਚਾ ਚੱਲਦਾ, ਅਤੇ ਮੋਰਚੇ ਦਾ ਚੇਤਾ ਕਿੰਨਿਆਂ ਕੁ ਲੋਕਾਂ ਨੂੰ ਹੈ? ਮੈਂ ਆਪਾਂ ਤਾਂ ਟਿੱਪਣੀ ਵੀ ਇਸ ਮੁੱਦੇ 'ਤੇ ਦੇਖੋ, ਜਿਹੜੇ ਬੰਦੇ ਪਿਛਲੇ 130 ਦਿਨਾਂ ਤੋਂ ਵੱਧ ਦਿਨਾਂ ਤੋਂ ਉੱਥੇ ਬੈਠੇ ਆ, ਉਹ ਸਿਰੜੀ ਨੇ ਭਾਈ, ਜਿਹੜੇ ਆਮ ਲੋਕ ਬੈਠੇ ਆ, ਜਿਹੜੇ ਲੀਡਰ ਨਹੀਂ ਹੈਗੇ। ਗਰਮੀ ਕਿੰਨੀ ਸੀ? 48-49 ਡਿਗਰੀ, ਇਹਦੇ ਬਾਵਜੂਦ ਵੀ ਬੈਠੇ ਸੀ ਉੱਥੇ। ਪਰ ਉਹ ਮੋਰਚਾ ਹੁਣ ਖਬਰਾਂ 'ਚ ਨਹੀਂ ਸੀ, ਉਸ ਮੋਰਚੇ ਦਾ ਕੋਈ ਪ੍ਰੋਗਰਾਮ ਬਹੁਤ ਜ਼ਿਆਦਾ ਦੁਨੀਆ ਭਰ ਦੇ ਵਿੱਚ ਜਾਂ ਪੰਜਾਬ ਭਰ ਦੇ ਵਿੱਚ ਪ੍ਰਚਲਿਤ ਨਹੀਂ ਹੋਇਆ। ਹੁਣ ਕਿਤਿਓਂ ਵੀ ਤੁਹਾਨੂੰ ਟਰਾਲੀਆਂ ਦੇ ਕਾਫਲੇ ਨਜ਼ਰ ਨਹੀਂ ਉਸੇ, ਹਾਂ ਕਮਿਟਡ ਜਿਹੜੇ ਉਹਦੇ ਵਰਕਰ ਨੇ ਉਹ ਲਗਾਤਾਰ ਜਾ ਰਹੇ ਸੀ। ਚਲੋ, ਇੱਕ ਤਾਂ ਗੱਲ ਇਹ ਹੋ ਗਈ। ਨੰਬਰ 2, ਜੇ ਫਿਰ ਚੇਤਾ ਕਰਾ ਦਈਏ, ਇਹ ਉਹੀ ਮੋਰਚਾ ਹੈ ਸੰਯੁਕਤ ਕਿਸਾਨ ਮੋਰਚਾ, ਗੈਰ ਰਾਜਨੀਤਿਕ, ਜਿਹੜੇ ਕਹਿੰਦੇ ਇਲੈਕਸ਼ਨ ਨਹੀਂ ਲੜਨੀ। ਇਹ ਦੂਸਰੇ ਮੋਰਚੇ ਤੋਂ, ਜਿਹਦੇ ਵਿੱਚ ਰਾਜੇਵਾਲ ਸਾਹਿਬ ਨੇ, ਜਿਹਦੇ ਵਿੱਚ ਉਗਰਾਹਾਂ ਸਾਹਿਬ ਵੀ ਨੇ ਦੂਜੇ ਮੋਰਚੇ ਦੇ ਵਿੱਚ, ਹਾਲਾਂਕਿ ਉਗਰਾਹਾਂ ਸਾਹਿਬ ਚੋਣਾਂ ਲੜਨ ਦੇ ਹਮਾਇਤੀ ਨਹੀਂ, ਪਰ ਉਹ ਮੁੱਖ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਨੇ। ਇਹ ਮੋਰਚਾ ਜਦੋਂ ਲੱਗਾ ਸੀ, ਕਿਉਂਕਿ ਕ੍ਰਮਵਾਰਤਾ ਜੋੜਨੀ ਬੜੀ ਜ਼ਰੂਰੀ ਹੈ ਸੰਧਾਲੀਆ ਸਾਹਿਬ, ਜਦੋਂ ਮੋਰਚਾ ਲੱਗਾ ਸੀ ਤਾਂ ਗਹਿਗਚ ਸੀ। ਤੁਹਾਨੂੰ ਯਾਦ ਹੋਣਾ ਕਿ ਕਈ ਵਾਰ ਦਿੱਲੀ ਦੋ ਕੇਂਦਰ ਸਰਕਾਰ ਦੇ ਮੰਤਰੀ ਚੰਡੀਗੜ੍ਹ ਆਏ ਸੀ, ਇਹਨਾਂ ਦੀਆਂ ਮੀਟਿੰਗਾਂ ਹੋਈਆਂ ਸੀ ਉੱਥੇ ਲੰਬੀਆਂ, ਅਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅਤੇ ਕੁਝ ਇੱਕ ਹੋਰ ਮਿਨਿਸਟਰ ਵਿੱਚ ਬਹਿੰਦੇ ਹੁੰਦੇ ਸੀ, ਅਤੇ ਉਹਨਾਂ ਮੀਟਿੰਗਾਂ ਦੇ ਵਿੱਚੋਂ ਹੀ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਤੁਹਾਨੂੰ 5 ਫਸਲਾਂ ਦੀ MSP ਦੇ ਦਿੰਦੇ ਹਾਂ, ਅਤੇ ਉਹਦੀ ਸਰਕਾਰੀ ਖਰੀਦ ਵੀ ਦੇ ਦਿੰਦੇ ਹਾਂ, ਕੰਟਰੈਕਟ ਕਰ ਲੈਂਦੇ 5 ਸਾਲਾਂ ਦਾ ਕਿ ਅਸੀਂ ਖਰੀਦਾਂਗੇ। ਅਤੇ ਇਹ ਕਹਿੰਦੇ ਸੀ 5 ਨਹੀਂ 23, 5 ਸਾਲ ਨਹੀਂ ਸਦਾ ਲਈ। ਗੱਲ ਠੀਕ ਸੀ ਕਿ 5 ਸਾਲਾਂ ਬਾਅਦ ਫਿਰ ਕੀ ਕਰਨਾ, ਪਰ ਜਾਣੀ ਉਹ ਇੱਕ ਵਾਰੀ ਤਾਂ ਐਂ ਲੱਗਾ ਸੀ ਕਿ ਨੇਪਰੇ ਚੜ੍ਹ ਚੱਲਿਆ ਕੰਮ,
ਮੰਤਰੀ ਵੀ ਜਿੰਨੀ ਛੇਤੀ ਆ ਗਿਆ ਸੀ ਐਂ ਲੱਗਦਾ ਸੀ ਉਹ ਵੀ ਨਹੀਂ ਚਾਹੁੰਦੇ ਕਿ ਦਿੱਲੀ ਤੱਕ ਕੰਮ ਆਵੇ। ਚਲੋ ਗੱਲਬਾਤ ਟੁੱਟ ਗਈ, ਸਰਕਾਰ ਨੇ ਸੜਕ ਰੋਕ ਦਿੱਤੀ, ਇਹ ਉੱਥੇ ਬਹਿ ਗਿਆ। ਮੋਰਚਾ ਇੱਕ ਵਾਰੀ ਜਲੌ 'ਤੇ ਪਹੁੰਚਿਆ, ਉਹਦੇ ਤੋਂ ਬਾਅਦ ਕਿਉਂਕਿ ਇੱਕ ਮੁੰਡੇ ਸ਼ੁਭਕਰਨ ਦੀ ਮੌਤ ਵੀ ਹੋਈ ਸੀ ਜੇ ਯਾਦ ਹੋਵੇ, ਉਹ ਇਸੇ ਮੋਰਚੇ 'ਚ ਹੋਈ ਸੀ। ਅੱਜ ਸ਼ੁਭਕਰਨ ਦਾ ਵੀ ਕਿਹਨੂੰ ਯਾਦ ਹੈ, ਜੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼ੁਭਕਰਨ ਕਿੰਨੇ ਆਖ ਨੂੰ ਯਾਦ ਆਇਆ ਨਾ। ਹੁਣ ਉਹਦੇ ਵਿੱਚੇ ਹੀ ਸੀ ਜਦੋਂ ਇਸੇ ਮੋਰਚੇ ਦਾ ਹਿੱਸਾ, ਜਦੋਂ ਕਹਿੰਦੇ ਸੀ ਜੇ ਇੱਕ ਬੰਦੇ ਨੂੰ ਬੋਰੀ 'ਚ ਪਾ ਕੇ ਲੈ ਗਿਆ, ਬੋਰੀ 'ਚ ਪਾ ਕੇ ਕੁੱਟਿਆ, ਬਾਅਦ ਵਿੱਚ ਉਹਨੂੰ ਮਸੀ ਰੋਹਤਕ ਦੀ PGI ਤੋਂ ਚੰਡੀਗੜ੍ਹ PGI ਸ਼ਿਫਟ ਕਰਾਇਆ ਗਿਆ ਸੀ। ਬੜਾ ਕੁਛ ਚੱਲਿਆ, ਥੋੜ੍ਹਾ ਕੁਛ ਨਹੀਂ ਚੱਲਿਆ। ਹੁਣ ਉਹ ਮੋਰਚਾ ਲਗਾਇਆ, ਮੋਰਚਾ ਤਾਂ ਵੈਸੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਹਾਲੀ ਵੀ ਲੱਗਾਇਆ, ਪਰ ਅੱਜ ਕਿੰਨਿਆਂ ਕੁ ਨੂੰ ਚੇਤਾ ਅਤੇ ਉੱਥੇ ਕੌਣ ਹੈ? ਇਹਦਾ ਮਤਲਬ ਇਹ ਥੋੜ੍ਹਾ ਕਿ ਉਹ ਮੁੱਦਾ ਗੈਰ ਗੰਭੀਰ ਹੋ ਗਿਆ। ਮੋਰਚਾ ਕਿਸਾਨਾਂ ਨੇ ਵੀ ਲਾਇਆ, ਪਰ ਅੱਜ ਉੱਥੇ ਜਾਂਦੇ ਕਿੰਨੇ ਕੁ ਜਣੇ ਨੇ? ਇਹਦੇ ਵਿੱਚ ਕਿਸਾਨ ਧਿਰਾਂ ਵੀ ਥੋੜ੍ਹਾ ਜਿਹਾ ਸੋਚਣ ਵਿਚਾਰਨ। ਹੁਣ ਹੋਇਆ ਕੀ, ਅਚਾਨਕ ਕੀ ਵਾਪਰਦਾ? ਕਹਿੰਦੇ ਆ ਕਿ 25 ਪਿੰਡਾਂ ਦੇ ਕੁਝ ਕੁ ਲੋਕ ਉੱਥੇ ਜਾਂਦੇ ਆ, ਜਿਹਨਾਂ ਦੇ ਵਿੱਚ ਕੁਝ ਸਰਪੰਚ ਪੰਚ ਵੀ ਸੀਗੇ, ਅਤੇ ਕਿਸਾਨ ਧਿਰਾਂ ਵੀ ਉਹਨਾਂ ਨੂੰ ਕਹਿੰਦੀ ਆ, ਕਿਉਂਕਿ ਸਟੇਜ ਤਾਂ ਰੋਜ਼ ਲੱਗਦੀ ਆ ਸੰਧਾਲੀਆ ਸਾਹਿਬ, ਵੀ ਸਟੇਜ ਦੇ ਉੱਤੇ ਆ ਜਾਓ। ਪਤਾ ਨਹੀਂ ਸਟੇਜ 'ਤੇ ਚੜ੍ਹਨ ਲੱਗਿਆ ਹੀ ਥੱਲੇ ਨੂੰ ਆ ਗਿਆ, ਜਾਂ ਕੀ ਕੁਝ ਹੋਇਆ, ਜਾਂ ਕਿਸੇ ਨੇ ਕੁਝ ਆਖ ਦਿੱਤਾ। ਉਹ ਕਹਿੰਦੇ ਜੀ ਅਸੀਂ ਕਹਿੰਦੇ ਹਾਂ ਕਿ ਰਾਹ ਖੋਲ੍ਹ ਦਿਓ, ਘੱਟੋ ਘੱਟ 2-wheeler ਨਹੀਂ ਖੋਲ੍ਹ ਦਿਓ। ਮੈਂ ਦੋਨਾਂ ਧਿਰਾਂ ਦੀ ਗੱਲ ਕਰ ਦਿੰਦਾ, ਉਹ ਕਹਿੰਦੇ ਜੀ ਅਸੀਂ ਕਹਿੰਦੇ ਕਿ ਦੁਪਹੀਆ ਵਾਹਨ ਦੇ ਲਈ ਖੋਲ੍ਹ ਦਿਓ, ਕਿਉਂਕਿ ਉਹ ਪਿੰਡ ਕਿਹੜੇ ਆ, ਸ਼ੰਭੂ ਦੇ ਨੇੜੇ, ਜਿਨ੍ਹਾਂ ਨੂੰ ਸਭ ਤੋਂ ਨੇੜਲਾ ਸ਼ਹਿਰ ਅੰਬਾਲਾ ਪੈਂਦਾ। ਜੇ ਉਹ ਸੜਕ ਖੁੱਲ੍ਹੀ ਹੋਵੇ ਤਾਂ ਉਹਨਾਂ ਨੂੰ ਮਿੰਟ ਲੱਗਦੇ 15, ਹੁਣ ਸੜਕ ਬੰਦ ਹੈ ਤਾਂ ਉਹਨਾਂ ਨੂੰ ਲੱਗਦਾ ਘੰਟਾ ਡੇਢ। ਹੁਣ ਜਿਹੜੇ ਬੰਦੇ ਨੇ ਸ਼ਹਿਰ ਜਾਣਾ, ਸੌਦਾ ਪੱਤਾ ਲੈਣ ਜਾਣਾ, ਅਤੇ ਜੇ ਉਹਨੂੰ 15 ਮਿੰਟ ਦੀ ਜਗ੍ਹਾ 1.5 ਘੰਟਾ ਲੱਗੂ, ਥੋੜ੍ਹੀ ਜਿਹੀ ਪਰੇਸ਼ਾਨੀ ਤਾਂ ਹੋਏਗੀ ਨਾ। ਵੈਸੇ ਵੀ 130 ਦਿਨ ਉਹ ਗਏ ਹੀ ਨਹੀਂ ਉੱਥੇ, ਇਹ ਉਹਨਾਂ ਦੇ ਵੀ ਸ਼ਾਬਾਸ਼ ਹੈ। ਹੁਣ ਕਿਸਾਨ ਧਿਰਾਂ ਵੀ ਥੋੜ੍ਹੇ ਜਿਹਾ ਠਰਾਮੇ ਨਾਲ ਗੱਲ ਕਰਨ, ਅਸੀਂ ਉਹਨਾਂ ਨੂੰ ਵੀ ਸ਼ਾਬਾਸ਼ ਦਿਆਂਗੇ। ਹੁਣ ਉਹ ਕਹਿੰਦੇ ਜੀ ਅਸੀਂ ਤਾਂ 2-wheeler ਹੀ ਰਸਤਾ ਖਲਾਉਣ ਗਏ ਸੀ, ਵਿੱਚ ਵਪਾਰੀ ਵੀ ਹੋਣਗੇ ਕੁਛ, ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਸਾਨੂੰ ਹੁਣ ਥੋੜ੍ਹਾ ਜਿਹਾ ਛੋਟ ਦੇ ਦਿਓ ਤਾਂ ਚੰਗਾ, ਰਾਹ ਖੋਲ੍ਹੋ। ਕਿਸਾਨ ਧਿਰਾਂ ਕਹਿੰਦੀਆਂ ਜੀ ਇਹਦੇ ਵਿੱਚ BJP ਅਤੇ ਆਮ ਆਦਮੀ ਪਾਰਟੀ ਦੇ ਬੰਦੇ ਸੀ, ਕੁਝ ਇੱਕ ਆਗੂਆਂ ਨੇ ਕਿਹਾ। ਉਹ ਕਹਿੰਦੇ ਜੀ BJP ਅਤੇ ਆਮ ਆਦਮੀ ਪਾਰਟੀ ਦੇ ਬੰਦੇ ਸੀ, ਆਣ ਕੇ ਉਹਨਾਂ ਨੇ ਮਾਹੌਲ ਖਰਾਬ ਕਰਨ ਦਾ ਯਤਨ ਕੀਤਾ, ਆਮ ਲੋਕਾਂ ਦੀ ਤਾਂ ਇਹਦੇ ਵਿੱਚ ਗੱਲਬਾਤ ਹੀ ਕੋਈ ਨਹੀਂ। BJP ਵਾਲੇ ਕਹਿੰਦੇ ਜੀ ਸਾਡਾ ਇਸ ਗੱਲ ਦੇ ਨਾਲ ਲੈਣਾ ਦੇਣਾ ਕੋਈ ਨਹੀਂ। ਹੁਣ ਸੰਧਾਲੀਆ ਸਾਹਿਬ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਸ ਮੌਕੇ ਦੇ ਉੱਤੇ, ਕਿ ਜਾਂ ਤਾਂ ਮੋਰਚਾ ਹੁਣ ਉੱਪਰ ਨੂੰ ਲਿਜਾਣਾ ਪੈਣਾ, ਮੋਰਚੇ ਦੇ ਵਿੱਚ ਮੋਹਰੇ ਕੁਝ ਨਜ਼ਰ ਆਵੇ, ਕਿਉਂਕਿ ਮੋਰਚੇ ਦੇ ਵਿੱਚ ਸਭ ਤੋਂ ਵੱਡਾ ਡੈਂਟ ਉਦੋਂ ਪਿਆ ਸੀ ਜਦੋਂ ਕੋਡ ਆਫ ਕੰਡਕਟ ਲੱਗ ਗਿਆ ਸੀ। ਫਿਰ ਤਾਂ 40-50 ਦਿਨ ਸਰਕਾਰ ਨੇ ਕਹਿਣਾ ਸੀ ਅਸੀਂ ਫੈਸਲਾ ਨਹੀਂ ਲੈ ਸਕਦੇ, ਉਹ ਬੈਠੇ ਰਹੇ ਸੀ ਉੱਥੇ, ਸਿਰੜਾ ਹੈਗਾ ਉਹਨਾਂ ਦਾ। ਪਰ ਹੁਣ ਕਿਸਾਨ ਜਥੇਬੰਦੀਆਂ ਇੱਕ ਹੋ ਜਾਣ ਤਾਂ ਚੰਗਾ, ਲੋਕਾਂ ਦੇ ਵਿੱਚ ਇਹਨਾਂ ਦਾ ਪ੍ਰਭਾਵ ਚੱਜਦਾ ਬਣ ਜਾਏ ਤਾਂ ਚੰਗਾ। ਇੱਕ ਕਮੇਟੀ ਵੀ ਬਣੀ ਸੀ, ਉਹਨਾਂ ਨੇ ਮੀਟਿੰਗਾਂ ਮੂਟਿੰਗਾਂ ਵੀ ਕੀਤੀਆਂ ਸੀ ਆਪਸ ਦੇ ਵਿੱਚ ਏਕਤਾ ਦੇ ਲਈ, ਏਕਤਾ ਕਿਉਂ ਨਹੀਂ ਹੋ ਸਕੀ ਪਤਾ ਨਹੀਂ। ਹੁਣ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਸਿਆਸੀ ਬੰਦੇ ਆਏ ਸੀ, ਉਹ ਕਹਿੰਦੇ ਜੀ ਅਸੀਂ ਤਾਂ ਆਮ ਪਿੰਡਾਂ ਦੇ ਲੋਕ ਆ, ਸਾਡਾ ਤਾਂ ਸਭ ਕੁਝ ਤਬਾਹ ਹੋ ਚੱਲਿਆ, ਅਸੀਂ ਇਹਨਾਂ ਨੂੰ ਬੇਨਤੀ ਕਰਨ ਗਏ ਸੀ। ਹੁਣ ਜੇ ਅੱਗੇ ਤਾਂ ਨੇੜਿਓਂ ਪ੍ਰਸ਼ਾਦੇ ਆਉਂਦੇ ਹੁੰਦੇ ਸੀ, ਅੱਗੇ ਤਾਂ ਨੇੜਿਓਂ ਲੋਕ ਦੁੱਧ ਦੀਆਂ ਕੀਨੀਆਂ ਦੇ ਕੇ ਜਾਂਦੇ ਹੁੰਦੇ ਸੀ, ਅੱਗੇ ਤਾਂ ਲੋਕ ਆਪਣੇ ਕੰਮ ਤੋਂ ਦਿਨ ਵੇੜ ਕੇ ਬੀਬੀਆਂ ਵੀ ਸਥਾਨਕ ਆਣ ਕੇ ਵਿੱਚ ਬਹਿੰਦੀਆਂ ਹੁੰਦੀਆਂ ਸੀ, ਪਿਛਲੇ ਮੋਰਚੇ ਦਾ ਆਪਾਂ ਨੂੰ ਤਜਰਬਾ। ਪਰ ਜੇ ਹੁਣ ਐਤਕੀ ਸਥਾਨਕ ਪੱਧਰ 'ਤੇ ਮਰ ਜਾ ਵੀ ਵਿਰੋਧ ਹੋ ਗਿਆ, ਕਿਤੇ ਨਾ ਕਿਤੇ ਦੋਵਾਂ ਧਿਰਾਂ ਨੂੰ ਮੁੜ ਵਿਚਾਰ ਦੀ ਲੋੜ ਹੈ। ਹਾਂ, ਕਿਸਾਨਾਂ ਨੇ ਕਿਹਾ, ਉਹ ਕਹਿੰਦੇ ਜੀ ਸੜਕ ਨਹੀਂ ਅਸੀਂ ਰੋਕੀ, ਅਸੀਂ ਤਾਂ ਦਿੱਲੀ ਨੂੰ ਚੱਲੇ ਸੀ, ਸੜਕ ਸਰਕਾਰ ਨੇ ਰੋਕੀ। ਉਹਨਾਂ ਨੂੰ ਕਹੋ, ਕੋਈ ਗੱਲ ਆ ਵੀ ਜੇ ਕੋਈ ਇਹ ਆਖੇ ਨਾ ਵੀ ਇਹ 1-2 ਰਾਂ ਵਾਪਰਿਆ ਅਤੇ 1-2 ਰਾਂ ਨਹੀਂ ਵਾਪਰਿਆ, ਪੰਜਾਬ ਦੇ ਵਿੱਚ ਇਲੈਕਸ਼ਨਾਂ ਦੇ ਦੌਰਾਨ ਜਾਂ ਪ੍ਰਚਾਰ ਦੇ ਦੌਰਾਨ ਜਦੋਂ ਇਹ ਰੌਲਾ ਰੱਪਾ ਜਿਹਾ ਪਿਆ ਸੀ ਅਤੇ ਆਪਾਂ ਨੂੰ ਕੁਝ ਇੱਕ ਖਬਰਾਂ ਕੁਝ ਇੱਕ ਥਾਵਾਂ ਤੋਂ ਇਹੋ ਜਿਹੀਆਂ ਵੀ ਮਿਲੀਆਂ ਸੀ ਜਿੱਥੇ ਜਿਹੜਾ ਕਹਿ ਲਓ ਕਿ ਦੁਕਾਨਦਾਰ ਭਾਈਚਾਰਾ ਜਾਂ ਵਪਾਰੀ ਭਾਈਚਾਰਾ ਜਾਂ ਜਿਹਨਾਂ ਦਾ ਕੋਈ ਸਾਜ਼ੋ ਸਮਾਨ ਆਉਂਦਾ ਜਾਂਦਾ ਪਰ ਉਹਨਾਂ ਨੂੰ ਮੁਸ਼ਕਲ ਆਉਂਦੀ ਸੀ ਵੀ ਸੜਕ ਬੰਦ ਹੋਣ ਕਰਕੇ, ਉਹ ਇਸੇ ਪਰੇਸ਼ਾਨੀ ਸੀ ਵੀ ਇਹ ਤੁਸੀਂ ਜਾਣ ਬੁੱਝ ਕੇ ਕਰ ਰਹੇ ਹੋ ਜੀ, ਇਹ ਧੱਕਾ ਹੈ ਜੀ, ਇਹ ਹੈ। ਉਦੋਂ ਕਿਸਾਨ ਆਗੂਆਂ ਨੇ ਕਿਹਾ ਸੀ ਵੀ ਤੁਸੀਂ ਕਿਸੇ ਹੋਰ ਪਾਰਟੀ ਦੇ ਚੱਕੇ ਚਕਾਏ ਬੋਲਦੇ ਹੋ, ਇਹ ਤੁਸੀਂ ਆਪ ਨਹੀਂ ਬੋਲਦੇ। ਆਪਾਂ ਉਦੋਂ ਵੀ ਇਹ ਬੇਨਤੀ ਕੀਤੀ ਸੀ ਵੀ ਯਾਰ ਜੇ ਪਿਛਲਾ ਕਿਸਾਨ ਮੋਰਚਾ ਜਿਹੜਾ ਸੀ ਉਹ ਸਫਲ ਹੋਇਆ ਸੀ ਤਾਂ ਉਹ ਏਕਤਾ ਕਰਕੇ ਹੋਇਆ ਸੀ। ਬੜੇ ਲੋਕਾਂ ਦੀਆਂ ਫੋਟੋਜ਼ ਵੀਡੀਓਜ਼ ਤੁਹਾਨੂੰ ਅੱਜ ਵੀ ਮਿਲ ਜਾਣਗੀਆਂ, ਅੱਜ ਤੁਹਾਨੂੰ ਜਿਉਂਦੇ ਜਾਗਦੇ ਲੋਕ ਮਿਲ ਜਾਣਗੇ ਜਿਹੜੇ ਜੋ ਉਹਨਾਂ ਕੋਲ ਸਰਦਾ ਬਣਦਾ ਸੀ ਉਹ ਉੱਥੇ ਜਾ ਕੇ ਦੇ ਕੇ ਆਏ ਸੀ, ਹਾਲਾਂਕਿ ਉਹਨਾਂ ਦਾ ਸਿੱਧਾ ਕੰਮ ਖੇਤੀ ਨਾਲ ਕੋਈ ਨਹੀਂ ਸੀ।
ਉਹ ਸੀ ਇੱਕ ਭਾਈਚਾਰਕ ਸਾਂਝ ਵੀ ਨਹੀਂ ਯਾਰ ਇਹ ਸਾਡੀ ਹੈ ਗੱਲ ਅਤੇ ਆਪਾਂ ਨੂੰ ਨਿਬੇੜਨਾ। ਅਤੇ ਮੇਰਾ ਖਿਆਲ ਉਹ ਏਡੀ ਵੱਡੀ ਸਰਕਾਰ ਝੁਕੀ ਜਾਂ ਕਹਿ ਲਓ ਕਿ ਵੀ ਉਹ ਫੈਸਲੇ ਦੁਬਾਰਾ ਉਸੇ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਰੱਦ ਹੋਏ ਕਿਉਂਕਿ ਲੋਕਾਂ 'ਚ ਏਕਤਾ ਸੀ। ਪਰ ਹੁਣ ਜਿਹੜੀ ਆਪਾਂ ਏਕਤਾ ਦੀ ਗੱਲ ਕਰਦੇ ਹਾਂ ਲੋਕਾਂ ਦੀ, ਤੁਸੀਂ ਛੱਡੋ ਯੂਨੀਅਨਾਂ 'ਚ ਹੀ ਨਹੀਂ ਗੀ। ਆ ਤੁਸੀਂ ਠੀਕ ਕਿਹਾ ਕਿ ਉਹ ਜਿਹੜੀ ਕਮੇਟੀ ਬਣੀ ਸੀ ਉਦੋਂ ਵੀ ਇੱਕ SKM ਹੋ ਗਿਆ ਜੀ ਜਿਹੜਾ ਕਹਿੰਦਾ ਵੀ ਅਸੀਂ ਜੋ ਵੱਡਾ ਮੋਰਚਾ ਹੈ ਕਿਸਾਨ ਸੰਯੁਕਤ ਕਿਸਾਨ ਮੋਰਚਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਦੂਜੇ ਪਾਸੇ ਇਹ ਉਹ ਜਥੇਬੰਦੀਆਂ ਨੇ ਜਿਹੜੇ ਇਹਨਾਂ ਨੇ ਆਪਣੇ ਨਾਲ ਗੈਰ ਰਾਜਨੀਤਿਕ ਲਾ ਲਿਆ। ਹੁਣ ਇਹਨਾਂ ਦੀ ਅਤੇ ਉਹਨਾਂ ਦੀ ਉਹ ਗੱਲ ਕਿਉਂ ਨਹੀਂ ਹੋਈ, ਕਿਉਂ ਨਹੀਂ ਤੁਰੀ? ਚਲੋ ਹੁਣ ਤਾਂ ਜੇ ਆਪਾਂ ਇਲੈਕਸ਼ਨਾਂ ਦੀ ਗੱਲ ਕਰਦੇ ਹਾਂ, ਇੱਕ ਨੂੰ ਵੋਟਾਂ ਪੈ ਗਈਆਂ, ਚਾਰ ਨੂੰ, ਉਹ ਤੋਂ ਬਾਅਦ ਨਤੀਜੇ ਵੀ ਆ ਗਏ, ਉਦੋਂ ਬਾਅਦ ਕੁਛ ਨਾ ਕੁਛ ਚੱਲਣਾ ਚਾਹੀਦਾ ਸੀ। ਆ ਤੁਹਾਨੂੰ ਜੂਨ ਵੀ ਮੁੱਕ ਚੱਲਿਆ। ਹੁਣ ਜੇ ਅਜੇ ਤੱਕ ਇਹਨਾਂ ਦੀ ਆਪਸੀ ਏਕਤਾ ਨਹੀਂ ਹੈਗੀ ਤਾਂ ਫਿਰ ਆਪਾਂ ਕਿਵੇਂ ਆਸ ਉਮੀਦ ਕਰ ਸਕਦੇ ਹਾਂ ਵੀ ਕਿਸਾਨਾਂ ਦੇ ਨਾਲ ਆਮ ਲੋਕਾਂ ਦੀ ਏਕਤਾ ਜਿਹੜੀ ਉਹ ਬਣ ਜੂਗੀ? ਕਿਉਂਕਿ ਇੱਕ ਗੱਲ ਤਾਂ ਹੈਗੀ ਆ, ਕੋਈ ਇਹਨੂੰ ਹੋ ਸਕਦਾ ਮਾੜੀ ਮੋਟ ਘਟਨਾ ਗਿਣ ਲਏ, ਪਰ ਮੈਂ ਜਦੋਂ ਉਹ ਪਹਿਲੀ ਉਦਾਹਰਨ ਦਿੱਤੀ ਵੀ ਇਲੈਕਸ਼ਨ ਦੇ ਦੌਰਾਨ ਜਦੋਂ ਗੱਲ ਚੱਲਦੀ ਸੀ ਉਦੋਂ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵੀ ਨਹੀਂ ਅਜੇ ਵੋਟਾਂ ਨੇ ਯਾਰ, ਇਹ ਵੋਟਾਂ ਦਾ ਰੌਲਾ। ਪਰ ਜੇ ਹੁਣ ਇਲੈਕਸ਼ਨ ਤੋਂ ਬਾਅਦ ਵੀ ਉਸੇ ਤਰ੍ਹਾਂ ਦੀ ਕੋਈ ਚਰਚਾ ਚੱਲੀ ਹੈ ਕਿ ਦੁਬਾਰਾ ਉਹ ਆਮ ਲੋਕ ਆਏ ਨੇ, ਪਿੰਡਾਂ ਦੇ ਆਏ ਨੇ, ਉਹਨਾਂ ਨੂੰ ਵਾਕਿਆ ਮੁਸ਼ਕਿਲ ਹੈ, ਨਹੀਂ ਮੁਸ਼ਕਿਲ, ਉਹ ਗੱਲ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਕਲੀਅਰ ਹੋ ਜਾਣੀ ਹੈ। ਪਰ ਮੈਨੂੰ ਇਹ ਲੱਗਦਾ ਵੀ ਜੇ ਇਹ ਰੇੜਕਾ ਫਿਰ ਉਸੇ ਤਰ੍ਹਾਂ ਹੋ ਗਿਆ ਕਿ ਬਜਾਏ ਦੇ ਕਿ ਸਰਕਾਰ ਨਾਲ ਕੋਈ ਗੱਲ ਕਰੇ, ਬਜਾਏ ਦੇ ਕਿ ਸਰਕਾਰ ਵਾਲੀ ਧਿਰ ਕੋਈ ਗੱਲ ਕਰਨ ਆਵੇ, ਆਮ ਲੋਕਾਂ ਦਾ ਰੇੜਕਾ ਆਪਸ 'ਚ ਪੈ ਜੇ, ਲੋਕ ਆਪਸ ਦੇ ਵਿੱਚ ਫਸ ਜਾਣ ਅਤੇ ਠਾਣਿਓ ਠਾਣੀ ਹੋ ਜਾਣ, ਤੁਸੀਂ ਇਹ ਦੇਖੋ ਵੀ ਇਹ ਕਿੰਨਾ ਕੁ ਸ਼ੁਭ ਸ਼ਗਨ ਆ ਆਉਣ ਵਾਲੀਆਂ ਜਿੰਨੀਆਂ ਵੀ ਕਹਿ ਲਓ ਕਿ ਵੀ ਇਹ ਜਥੇਬੰਦੀਆਂ ਨੇ ਉਹਨਾਂ ਦੇ ਲਈ, ਪਲੱਸ ਜਿਹੜੀ ਮੁੱਖ ਮੰਗ ਆ ਉਹਦੇ ਲਈ। ਨਹੀਂ ਇਹ ਇਹ ਬੜਾ ਜ਼ਰੂਰੀ ਹੈ ਸੰਧਾਲੀਆ ਸਾਹਿਬ ਕਿ ਉੱਧਰਲੇ ਪਾਸੇ ਨੂੰ ਕਹਾਣੀ ਤੋਰੀ ਜਾਵੇ। ਬਾਕੀ ਥੋੜ੍ਹੀ ਜਿਹੀ ਗੱਲ ਆਪਾਂ ਤੋਰ ਲਈਏ ਨੀਟ ਦੇ ਟੈਸਟ ਦੀ। ਹੁਣ CBI ਨੇ 25 ਬੰਦੇ ਗ੍ਰਿਫਤਾਰ ਕੀਤੇ, ਕੋਈ ਗੁਜਰਾਤ ਤੋਂ, ਕੋਈ ਬਿਹਾਰ ਤੋਂ, ਕੋਈ ਝਾਰਖੰਡ ਤੋਂ। ਹੁਣ ਜੇ 25 ਬੰਦੇ ਗ੍ਰਿਫਤਾਰ ਹੋਏ ਆ, ਬਿਹਾਰ ਵਾਲੇ ਪਾਸਿਓਂ ਰੌਲਾ ਪੈਂਦਾ ਕਿ 100 ਬੰਦਿਆਂ ਨੂੰ ਤਾਂ ਪੇਪਰ ਇੱਕ ਰਾਤ ਪਹਿਲਾਂ ਮਿਲ ਗਿਆ ਸੀ ਕੁਐਸਚਨ ਪੇਪਰ। ਉੱਧਰੋਂ ਬੀਬੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਇੱਕ ਚਿੱਠੀ ਲਿਖਤੀ, ਕੀ ਲਿਖਿਆ ਮੈਂ ਬਾਅਦ 'ਚ ਦੱਸਦਾ। ਸੰਧਾਲੀਆ ਸਾਹਿਬ ਜੇ 25 ਬੰਦੇ ਗ੍ਰਿਫਤਾਰ ਕੀਤੇ ਆ ਤਾਂ ਇਹਦਾ ਮਤਲਬ ਕੁਛ ਹੋਇਆ ਸੀ। ਅਸੀਂ ਕਹਿੰਦੇ ਕਿ ਜਾਂਚ ਹੋਵੇ, 25 ਦੀ ਜਗ੍ਹਾ 125 ਵੀ ਫੜਨੇ ਪੈਂਦੇ ਫੜ ਲਓ। ਕਈ ਵਿੱਚੋਂ ਟੀਚਰ ਫੜੇ ਆ, ਹੁਣ ਉਹਨਾਂ ਦਾ ਲੈਣਾ ਦੇਣਾ ਕੀ ਹੈ ਇਸ ਕੇਸ ਦੇ ਨਾਲ, ਇਹ ਵੀ ਬੜਾ ਜ਼ਰੂਰੀ ਹੈ। ਜੇ ਵੱਖ ਵੱਖ ਸੂਬਿਆਂ ਦੇ ਵਿੱਚੋਂ ਜੇ ਇੱਕ ਸੂਬੇ 'ਚੋਂ ਬੰਦੇ ਫੜ ਹੁੰਦੇ ਫਿਰ ਹੁੰਦਾ ਸੀ ਕਿ ਉੱਥੇ ਘੋਇਆ ਥੋੜ੍ਹਾ ਜਿਹਾ ਕੰਮ, ਬਾਕੀ ਠੀਕ ਸੀ। ਪਰ ਜੇ 3 ਤੋਂ ਵੱਧ ਸੂਬਿਆਂ ਦੇ ਵਿੱਚੋਂ ਬੰਦੇ ਫੜੇ ਆ, ਇਹਦਾ ਮਤਲਬ ਕਹਾਣੀ ਵੱਡੀ ਹੈ। ਅਸੀਂ ਕਹਿੰਦੇ ਠੀਕ ਹੈ, ਨੈਸ਼ਨਲ ਟੈਸਟਿੰਗ ਏਜੰਸੀ ਤੋਂ ਠੀਕ ਤਰੀਕੇ ਪ੍ਰਬੰਧ ਨਹੀਂ ਕਰ ਹੋਏ ਵੱਖਰੀ ਗੱਲ ਹੈ, ਪਰ ਹੁਣ ਘੱਟੋ ਘੱਟ ਜੇ ਉਹ ਸਾਰਾ ਕੂੜਾ ਇੱਕ ਵਾਰੀ ਹੂੰਝ ਲੈਣ ਨਾ CBI ਵਾਲੇ, ਕਿਆ ਬੰਦਿਆਂ ਦੇ ਵਿੱਚ ਇਨਵੋਲਵਮੈਂਟ ਸੀ, ਉਹਨਾਂ ਦਾ ਲੈਣਾ ਦੇਣਾ ਸੀ ਇਸ ਮਸਲੇ ਦੇ ਨਾਲ, ਤਾਂ ਅੱਗੋਂ ਤੋਂ ਘੱਟੋ ਘੱਟ ਕੰਨ ਹੋ ਜਾਣਗੇ। ਹੁਣ 25 ਤੋਂ ਬਾਅਦ ਕਿੰਨੇ ਬੰਦਿਆਂ ਦੀ ਹੋਰ ਗ੍ਰਿਫਤਾਰੀ ਹੁੰਦੀ ਨਜ਼ਰਾਂ ਟਿਕਣਗੀਆਂ। ਬੀਬੀ ਮਮਤਾ ਬੈਨਰਜੀ ਨੇ ਸਿੱਧਾ ਕਹਿਤਾ, ਉਹ ਬੀਬੀ ਜੀ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ, ਉਹ ਕਹਿੰਦੇ ਜੀ ਤੁਸੀਂ ਕੀਤਾ ਕੇਂਦਰੀਕਰਨ, 7 ਸਾਲ ਪਹਿਲਾਂ NTA ਬਣਾਤੀ, ਨੈਸ਼ਨਲ ਟੈਸਟਿੰਗ ਏਜੰਸੀ, ਸਾਰੇ ਟੈਸਟ ਉਹ ਕਰ ਲੈਂਦੇ ਆ, ਤੁਸੀਂ ਇਹ ਸੂਬਿਆਂ ਨੂੰ ਦੇ ਦਿਓ ਕਿ ਆਪੋ ਆਪਣੇ ਸੂਬੇ ਦੇ ਵਿੱਚ ਸੂਬਿਆਂ ਦੀਆਂ ਸਰਕਾਰਾਂ ਕੰਡਕਟ ਕਰਿਆ ਕਰਨਗੀਆਂ, ਉਹਨਾਂ ਦੀ ਜ਼ਿੰਮੇਵਾਰੀ ਅਤੇ ਉਹਨਾਂ ਦੇ ਅਧਿਕਾਰ ਤੁਸੀਂ ਥੋੜ੍ਹਾ ਜਿਹਾ ਵਿਕੇਂਦਰੀਕਰਨ ਕਰੋ, ਡੀਸੈਂਟਰਲਾਈਜੇਸ਼ਨ ਕਰ ਦਿਓ, ਤੁਸੀਂ ਸਾਰਾ ਕੁਝ ਉੱਪਰ ਇਕੱਠਾ ਕਰ ਲਿਆ, ਕੰਡਕਟ ਤੁਹਾਡੇ ਕੋਲ ਚੱਜ ਨਾ ਕੁਛ ਹੁੰਦਾ ਨਹੀਂ। ਹੁਣ ਬੀਬੀ ਜੀ ਵੀ ਸਗੋਂ 3 ਵਾਰ ਦੇ ਮੁੱਖ ਮੰਤਰੀ ਨੇ, ਬੀਬੀ ਜੀ ਨੇ ਵੀ ਸੁਖਨਾ 44 ਦੇ ਵਿੱਚੋਂ 29-30 ਸੀਟਾਂ ਐਤਕੀ ਵੀ ਜਿੱਤੀਆਂ, ਅਤੇ ਜਦੋਂ ਉਹਨਾਂ ਨੇ ਹੁਣ ਚਿੱਠੀ ਲਿਖਤੀ ਹੈ, ਹੋ ਸਕਦਾ ਕਿ ਬਾਕੀ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਵੀ ਇਸ ਮੁੱਦੇ ਦੇ ਉੱਤੇ ਚਰਚਾ ਕਰਨ ਅਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ। ਬਾਕੀ ਮੈਂ ਦੱਸ ਦਿਆਂ ਕਿ ਜਦੋਂ ਅੱਜ ਪਾਰਲੀਮੈਂਟ ਦੇ ਵਿੱਚ ਸਿੱਖਿਆ ਮੰਤਰੀ ਸਾਹਿਬ ਸਹੁੰ ਚੁੱਕਣ ਆਏ ਸੀ ਨਾ, ਅਤੇ ਉਸ ਵੇਲੇ ਵਿਰੋਧੀ ਧਿਰਾਂ ਨੇ ਮੁਰਦਾਬਾਦ ਦੇ ਨਾਅਰੇ ਵੀ ਲਾਏ, ਅਤੇ ਨਾਅਰੇ ਲਾਉਣ ਦਾ ਕਾਰਨ ਇਹੀ ਨੀਟ ਦੇ ਪੇਪਰ ਦੇ ਵਿੱਚ ਜਿਹੜਾ ਰੌਲਾ ਰੱਪਾ ਜਿਹਾ ਪਿਆ ਉਹਦੇ ਕਰਕੇ ਸੀ, ਅਤੇ ਇਹ ਪਾਰਲੀਮੈਂਟ ਦੇ ਸੈਸ਼ਨ 'ਚ ਚੱਲਦਾ ਰਹੂਗਾ। ਵੇਖੋ ਵਾਰਡ ਸਾਹਿਬ, ਇੱਕ ਗੱਲ ਤਾਂ ਪੱਕੀ ਹੈ ਵੀ ਹੁਣ ਪੰਜਾਬ ਦੇ 117 ਹਲਕਿਆਂ 'ਚੋਂ 116 ਹਲਕੇ ਲਗਭਗ ਲੋਕ ਸ਼ਾਂਤ ਨੇ। ਉਹੀ ਗੱਲ ਜੇ ਕੋਈ ਪਿੰਡਾਂ ਵਾਲਾ ਤਾਂ ਉਹ ਕਹਿੰਦਾ ਝੋਨਾ, ਕੋਈ ਕਹਿੰਦਾ ਬਾਸਮਤੀ, ਕੋਈ ਕਹਿੰਦਾ ਪਾਣੀ, ਕੋਈ ਕਹਿੰਦਾ ਬੱਤੀ, ਜੇ ਕੋਈ ਸ਼ਹਿਰਦਾਰੀ ਵਾਲਾ ਤਾਂ ਉਹ ਕਹਿੰਦਾ ਕੰਮ, ਕੋਈ ਕਾਰ, ਕੋਈ ਕਾਰੋਬਾਰ,
ਗੱਲਾਂ ਭਰਿਆ ਕਿ ਨਹੀਂ ਭਰਿਆ, ਹੈ ਨਾ, ਕਿਉਂਕਿ ਹਰੇਕ ਨੂੰ ਆਪੋ ਆਪਣਾ। ਅਤੇ ਜੇ ਆਪਾਂ ਗੱਲ ਕਰੀਏ ਜਲੰਧਰ ਵਾਲੇ ਉਸ ਪੱਛਮੀ ਹਲਕੇ ਦੀ, ਉੱਥੇ ਤੁਸੀਂ ਦੇਖੋ ਵੀ ਜ਼ਿਮਨੀ ਚੋਣ ਆ, ਹੁਣ ਜ਼ਿਮਨੀ ਚੋਣ ਆ ਅਤੇ ਅਗਲਿਆਂ ਨੇ ਉਮੀਦਵਾਰ ਐਲਾਨ 'ਤੇ ਆ, ਉਮੀਦਵਾਰ ਤਾਂ ਐਲਾਨੇ ਐਲਾਨੇ ਆ ਵੀ ਹੁਣ ਇੱਕ ਤਾਂ ਹੁੰਦਾ ਨਾ ਵੀ ਕਿਉਂਕਿ ਜੇ ਪੂਰੀ ਵਿਧਾਨ ਸਭਾ ਦੀ ਚੋਣ ਹੋਵੇ 117 ਹਲਕਿਆਂ 'ਚ ਵੰਡ ਵਰਤ ਕੇ ਜੇ ਬੰਦੇ ਜਾਂਦੇ ਆ, ਪਰ ਹੁਣ ਪੂਰੇ ਪੰਜਾਬ 'ਚ ਇੱਕੋ ਹੀ ਹਲਕਾ ਜਿੱਥੇ ਚੋਣ ਆ, ਇਸ ਕਰਕੇ ਜਿੰਨੇ ਵੱਡੇ ਵੱਡੇ ਲੀਡਰ ਜਿਹੜੀਆਂ ਵੀ ਪਾਰਟੀਆਂ ਦੇ ਨੇ ਸਾਰਿਆਂ ਦਾ ਮਹਾਨ ਔਰ ਉਸ ਪਾਸੇ ਹੈ। ਅਤੇ ਹੁਣ ਚਰਚਾ ਵਾਲੀ ਇਸ ਚੀਜ਼ ਦੀ ਹੈ ਕਿ ਵੀ ਜਿਹੜੀ ਹੁਣੇ ਆ ਲੰਘੀ ਲੋਕ ਸਭਾ ਚੋਣ ਦੇ ਵਿੱਚ ਉਸ ਹਲਕੇ ਤੋਂ ਜਿੱਤੀ ਧਿਰ ਆ ਕਾਂਗਰਸ ਪਾਰਟੀ, ਉਹ ਦੁਬਾਰਾ ਉਸ ਹਲਕੇ ਨੂੰ ਜਿੱਤ ਜੂਗੀ, ਯਾਨੀ ਕਿ ਉੱਥੋਂ ਆਪਣਾ MLA ਬਣਾ ਲੈਣਗੇ, ਜਾਂ ਫਿਰ 2022 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਉਮੀਦਵਾਰ ਬਣਾਇਆ ਸੀ ਜਾਂ ਜਿਤਾਇਆ ਸੀ MLA, ਉਹ ਆ ਜਿਹੜੀ ਪਾਰਟੀ ਆ ਉਹ ਰਾਜ ਕਰਦੀ ਧਿਰ ਹੋਣ ਕਰਕੇ ਆਪਣੀ ਸੀਟ ਬਰਕਰਾਰ ਰੱਖ ਲੈਣਗੇ ਕਿ ਸਾਡੀ 92 ਤੋਂ 91 ਨਾ ਹੋ ਜਾਣ ਸੀਟਾਂ, ਕਿਤੇ ਅਸੀਂ ਪੂਰੀਆਂ ਬਰਕਰਾਰ ਰੱਖ ਲਈਏ, ਇਹਦਾ ਜ਼ੋਰ ਲੱਗਾ ਮੈਨੂੰ ਸੰਧਾਲੀਆ ਸਾਹਿਬ ਹੋਰ ਲੱਗਦਾ। ਹਾਂ ਤਾਂ ਚਲੋ ਤੁਸੀਂ ਗੱਲਾਂ ਹੀ ਵੱਡੀਆਂ ਕਰ ਦਿੱਤੀਆਂ ਨਾ, ਸੀਟਾਂ ਜ਼ੋਰ 92, 91, 2 ਤੋਂ 3, 3 ਤੋਂ 4, ਇਹਨੇ ਹੈ ਆ। ਸਰਦਾਰ ਸਾਹਿਬ ਤੁਸੀਂ ਆਪ ਦੇਖੋ ਵੀ ਜਿਹੜੇ ਲੀਡਰ ਵਿਚਾਰੇ ਜਿਹਨਾਂ ਨੂੰ 2-2.5 ਮਹੀਨੇ ਹੋ ਗਏ ਉੱਥੇ ਤੁਰੇ ਫਿਰਦਿਆਂ ਨੂੰ, ਇੰਨੀ ਗਰਮੀ ਜਦੋਂ ਦੁਬਾਰਾ ਜਾ ਕੇ ਗਲੀਆਂ ਦੇ ਵਿੱਚ ਫਿਰ ਉਹ ਕੰਮ ਕਰਨਾ ਪੈਣ ਡਿਆ, ਉਹਨਾਂ ਨੂੰ ਪੁੱਛ ਕੇ ਤਾਂ ਵੇਖੋ ਹੁਣ ਹੋਇਆ ਕੀ ਹੈ। ਮੈਨੂੰ ਹੋਰ ਲੱਗਦਾ ਤੁਸੀਂ ਇਹ ਦੇਖੋ ਕਿ ਜੇ ਆ 23-24 ਤਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨਾਂ ਆਈ ਜਾਂਦੇ ਕਿਉਂਕਿ 23 ਵਾਰਡ ਨੇ, ਇੱਕ ਇੱਕ ਇੰਚਾਰਜ ਬਣਾ ਦੇਣਾ, 5 ਪਾਰਟੀਆਂ ਨੇ। ਹੁਣ 23 ਨੂੰ 5 ਦੇ ਨਾਲ ਗੁਣਾ ਤਾਂ ਮੈਨੂੰ ਕਰਨੀ ਨਹੀਂ ਆਉਂਦੀ, ਹੁਣ ਮੈਨੂੰ ਲੱਗਦਾ ਕਿ ਜੇ 25 ਨੂੰ 5 ਨਾ ਕਰੀਏ 125 ਬਣਦੇ ਆ, ਤਾਂ ਉਹਦੇ ਵਿੱਚੋਂ 150 ਤੋਂ ਥੋੜ੍ਹਾ ਘੱਟ ਵੱਧ ਹੋਣਾ, 120 ਲਾ ਲਓ, 120 ਲਾ ਲਓ, ਜਾਣੀ 120 ਨਹੀਂ ਤਾਂ 115 ਲਾ ਲਓ, 125 ਲਾ ਲਓ ਇੱਕ ਇੱਕ ਨਾਲ ਹੋਰ। ਉਹ ਜਿਹੜਾ 125-150 ਬੰਦਾ ਹੈ ਨਾ, ਉਹ ਸੰਧਾਲੀਆ ਸਾਹਿਬ ਉਹ ਜਿਹੜਾ ਬੰਦਾ ਉਹਨੇ ਕਿਤੇ ਜਲੰਧਰ 'ਚ ਰਹਿਣਾ। ਤਾਂ ਜੇ ਤੁਸੀਂ ਆਖੋ ਕਿ ਸਾਰੇ ਬੰਦਿਆਂ ਨੇ ਹੋਟਲਾਂ 'ਚ ਰਹਿਣਾ, ਨਾ 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 ਨਾ, ਆ ਜਲੰਧਰ ਦੇ ਜਿਹੜੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਬੰਦੇ ਨੇ, ਵਰਕਰ ਨੇ, ਕੋਈ ਜ਼ਿਲ੍ਹੇ ਦਾ ਪ੍ਰਧਾਨ, ਕੋਈ ਜਨਰਲ ਸਕੱਤਰ, ਉਹਨਾਂ ਦੇ ਘਰ ਦੇ ਵਿੱਚੋਂ ਇੱਕ ਕਮਰਾ ਉਹਨਾਂ ਨੂੰ ਮਿਲਣਾ, ਲੰਗਰ ਪਾਣੀ ਪ੍ਰਸ਼ਾਦਾ ਉਹਨਾਂ ਦੇ ਛਕਣਾ, ਹੋ ਸਕਦਾ ਕਿ ਉਹਨਾਂ ਦੀਆਂ ਬੀਬੀਆਂ ਕਹਿੰਦੀਆਂ ਹੁਣ ਨਾ ਪਹਿਲਾਂ ਇੱਥੇ ਥੋੜ੍ਹੀਆਂ ਪੱਕਦੀਆਂ, ਇਹ 4 ਲਿਆ ਹੋਰ ਬਿਠਾ ਲਿਆ, ਵੈਸੇ ਹੀ ਗੱਲ ਕਰਦਾ ਮੈਂ ਹੋਰ ਨਹੀਂ ਕੁਛ ਕਰਦਾ। ਯਾਨੀ ਜਲੰਧਰ ਵਾਲਿਆਂ ਦੇ ਉੱਤੇ, ਜਲੰਧਰ ਵਾਲਿਆਂ ਨੂੰ ਲੱਗਦਾ ਹੋਊਗਾ ਕਿ ਮੌਕਾ ਨਹੀਂ, ਭਾਰ ਪੈ ਗਏ ਤੁਹਾਡੇ ਦੇ, ਕਿਉਂਕਿ ਬੰਦੇ ਤਾਂ ਤੁਸੀਂ ਪਹਿਲਾਂ ਵੀ ਜਿਤਾਏ ਸੀ, ਬੰਦੇ ਤੁਸੀਂ ਹੁਣ ਵੀ ਜਿਤਾ ਦੇਣੇ, ਪਰ ਭਾਰ ਤੁਹਾਡੇ 'ਤੇ ਪੈ ਜਾਣਾ, ਇੱਥੇ ਰੈਲੀਆਂ ਹੋਣੀਆਂ, ਸੜਕਾਂ ਤੁਹਾਡੀਆਂ ਜਾਮ ਹੋਣੀਆਂ, ਰੋਡ ਸ਼ੋਅ ਇੱਥੇ ਹੋਣੇ ਆ, ਬਹੁਤ ਕੁਛ ਜਿਹੜਾ ਉਹ ਘੱਟ ਵਾਪਰ ਜਾਣਾ। ਕਈ ਬੰਦੇ ਚੰਨੀ ਸਾਹਿਬ ਨੇ BJP ਦੇ ਵਿੱਚੋਂ ਕਾਂਗਰਸ ਦੇ ਵਿੱਚ ਰਲਾਏ, ਜਗਿਆਸਾ ਯਾਰ ਕਿੰਨੇ ਕੁ ਪੁਰਾਣੇ ਬੰਦੇ ਸੀ BJP 'ਚ, ਕਹਿੰਦੇ ਜੀ 2 ਮਹੀਨੇ ਪੁਰਾਣੇ ਸੀ, ਕਿੱਦਾਂ ਉਹ ਲੋਕ ਸਭਾ ਦੀ ਚੋਣ ਵੇਲੇ ਕਹਿੰਦੇ ਆਮ ਆਦਮੀ ਪਾਰਟੀ ਛੱਡ ਕੇ ਇੱਧਰ ਆਏ ਸੀ, ਇੱਕ ਅੱਧੀ ਚੋਣ ਹੋਰ ਹੋ ਗਈ, ਉਹ ਸਦਾ ਅਕਾਲੀ ਦਲ 'ਚ ਜਾ ਵੜਨ ਨੂੰ, ਪਰ ਅਜੇ ਵੀ ਵੱਡੇ ਬੰਦਿਆਂ ਦੀ ਇੱਕ ਵੀ ਵੱਡੀ ਰੈਲੀ ਨਹੀਂ ਹੋ ਸਕੀ ਉੱਥੇ। ਠੀਕ ਹੈ ਤੁਸੀਂ ਕਹਿਣਾ ਅੱਜ ਤੋਂ ਦਿਨ ਬੜੇ ਪਏ ਨੇ, ਸੰਧਾਲੀਆ ਸਾਹਿਬ 8 ਤਰੀਕ ਨੂੰ ਆਖਰੀ ਪ੍ਰਚਾਰ ਹੈ, ਤਾਂ ਤਰੀਕ ਦੇਖ ਲਓ ਕਿੰਨੀ ਹੋ ਗਈ ਹੈ, ਦਿਨ ਤਾਂ 12-13 ਰਹਿ ਗਏ, ਅੱਜ ਤੱਕ ਇੱਕ ਵੀ ਰੈਲੀ ਨਹੀਂ ਹੋਈ, ਅੱਜ ਤੱਕ ਇੱਕ ਵੀ ਰੋਡ ਸ਼ੋਅ ਨਹੀਂ ਹੋਇਆ ਕਾਗਜ਼ ਦਾਖਲ ਕਰਨ ਤੋਂ ਬਿਨਾਂ, ਅਜੇ ਤੱਕ ਤਾਂ ਮੁੱਖ ਮੰਤਰੀ ਸਾਹਿਬ ਨੇ ਵੀ ਡੇਰੇ ਲਾਉਣੇ ਆ, ਰਾਜਾ ਵੜਿੰਗ ਸਾਹਿਬ ਨੇ ਵੀ ਉੱਥੇ ਜਾਣਾ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਜਾ ਕੇ ਕੋਈ ਸਰਗਰਮੀ ਕੀਤੀ ਹੋਵੇ, ਮੈਨੂੰ ਨਜ਼ਰ ਨਹੀਂ ਆਈ। ਕਿਤੇ ਇੱਦਾਂ ਨਾ ਹੋਵੇ ਕਿ ਆਪਾਂ ਮੀਡੀਆ ਦੇ ਵਿੱਚ ਜ਼ਿਆਦਾ ਤੱਤੀ ਕਰਕੇ ਦਿਖਾਈ ਜਾਈਏ ਅਤੇ ਵੱਡੇ ਲੀਡਰਾਂ ਨੂੰ ਚੋਣ ਠੰਡੀ ਜੀ ਲੱਗੇ। ਇਹਦੀ ਚੋਣ ਠੰਡੀ ਲੱਗ ਨਹੀਂ ਸਕਦੀ ਨਾ, ਕਿਉਂਕਿ ਇਹਦਾ ਜਿਹੜਾ ਜੋੜ ਤੋੜ ਆ, ਹੁਣ ਪਤਾ ਨਹੀਂ ਵੀ ਕਿਵੇਂ, ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਚੰਨੀ ਸਾਹਿਬ ਨੇ ਜੋੜ ਦਿੱਤਾ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਦੇ ਨਾਲ, ਕਿ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਕੁਰਸੀ ਦੇ ਉੱਪਰ ਅਸਰ ਪੈ ਸਕਦਾ ਜੇ ਇਹ ਵਾਲੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਹਾਰਦੀ। ਹੁਣ ਵਿਰੋਧੀ ਧਿਰ ਜਦੋਂ ਇਸ ਤਰ੍ਹਾਂ ਚੀਜ਼ ਨੂੰ ਬਣਾਉਣ ਲੱਗ ਪਈਆਂ, ਤਾਂ ਇੱਕ ਗੱਲ ਤਾਂ ਪੱਕੀ ਹੈ ਵੀ ਰਾਜ ਕਰਨ ਦੀ ਧਿਰ 'ਤੇ ਪ੍ਰੈਸ਼ਰ ਆਉਣਾ, ਕਿਉਂਕਿ 13-0 ਦਾ ਨਾਰਾ ਦੇ ਕੇ ਤੁਰੇ ਸੀ ਭਗਵੰਤ ਮਾਨ ਹੋਰੀਆਂ ਲੋਕ ਸਭਾ ਚੋਣਾਂ 'ਚ, ਅਤੇ 13-0 ਤੋਂ ਏਕਾ ਕੱਟਿਆ ਗਿਆ, 3 ਰਹਿ ਗਈਆਂ। ਹੁਣ ਜਦੋਂ 10 ਸੀਟਾਂ ਜਿਹੜੀਆਂ ਉਹ ਹੱਥ 'ਚੋਂ ਨਿਕਲ ਗਈਆਂ, ਹੁਣ
92 ਸੀਟਾਂ ਉਦੋਂ ਪੰਜਾਬ ਵਾਲਿਆਂ ਨੇ ਜਿਤਾਈਆਂ ਹੋਣ ਅਤੇ ਹੱਥ ਅਜੇ 30 ਤੋਂ ਥੋੜ੍ਹੀਆਂ ਜਿਹੀਆਂ ਵੱਧ ਆਈਆਂ ਹੋਣ ਅਤੇ ਉਹਦੇ 'ਚ ਜਦੋਂ ਜੇ ਪੰਜ ਜ਼ਿਮਨੀ ਚੋਣਾਂ ਹੋਣੀਆਂ ਨੇ ਅਤੇ ਪਤਾ ਨਹੀਂ ਉਹ 92 'ਚ ਹੋਰ ਕਿੰਨਾ ਕੁ ਦਾ ਘਾਟਾ ਜੇ ਕਿੰਨੇ ਕੁ ਪੈ ਜਾਣਾ। ਹੁਣ ਜਦੋਂ ਕਾਪੀ 'ਤੇ ਜੋੜ ਤੋੜ ਲਾਉਂਦੇ ਨੇ, ਕਾਪੀ ਉਹ ਜਿੱਥੇ ਤੁਸੀਂ ਦੁੱਧ ਦਾ ਹਿਸਾਬ ਲਾਉਂਦੇ ਨਾ, ਮੈਂ ਭਾਵੇਂ ਦੱਸਦਾ ਵੀ ਉਹ ਕਿੰਨੀ ਇੰਪੋਰਟੈਂਟ ਕਾਪੀ, ਉਹਦੇ 'ਚ ਤੁਸੀਂ ਦੇਖੋ ਵੀ ਐਂ ਜੋੜ ਕਰਦਿਆਂ ਕਰਦਿਆਂ ਇੰਨੀ ਤਰੀਕ ਨੂੰ ਇੰਨਾ ਪਿਆ, ਇੰਨੀ ਨੂੰ 1.5 ਕਿਲੋ, ਇੰਨੀ ਨੂੰ ਕਿਲੋ, 2 ਕਿਲੋ ਕਰਦਿਆਂ ਚੇਤਾ ਨਾ ਭੁਲਾਇਓ ਉਹਦੇ ਆਖਰੀ ਸ਼ਬਦ 'ਤੇ ਲਿਖਿਆ 2 ਫੀਡ ਦੇ ਬੋਰੇ ਪੈਸੇ ਦੇਣੇ। ਉਹੀ ਮੈਂ ਕਹਿੰਦਾ ਵੀ ਉਹ ਜਦੋਂ ਹਿਸਾਬ ਕਰਦੇ ਨੇ ਨਾ ਅਗਲਾ, ਉਦੋਂ ਜਿਹੜੇ ਪੈਸੇ ਜਾਂ ਪੈਸੇ ਕਹਿ ਲਓ ਜਾਂ ਵੋਟਾਂ ਵਾਲਾ ਭਾਰ ਹੈ ਉਹ ਆਮ ਆਦਮੀ ਪਾਰਟੀ ਦੇ ਖਾਤੇ 'ਚ ਬੋਲਦਾ, ਅਤੇ ਹੁਣ ਜਿਹਦੇ 'ਤੇ ਭਾਰ ਬੋਲਦਾ ਹੋਵੇ ਖਾਤੇ 'ਚ ਬੋਲਦੇ ਹੁਣ ਉਹਨੂੰ ਥੋੜ੍ਹਾ ਜਿਹਾ ਦਬਾਅ 'ਤੇ ਹੁੰਦਾ। ਇਸ ਦਬਾਅ ਦਾ ਕਰਕੇ ਮੈਂ ਕਹਿ ਰਿਹਾ ਵੀ ਉਹਨਾਂ ਨੂੰ ਇਸ ਵਕਤ ਜਿਹੜੀ ਚੋਣ ਹੈ ਉਹ 33 ਲੱਗਦੀ ਹੈ। ਚਲੋ ਇਹ ਚੋਣ 33 ਹੋਵੇ ਪਰ ਲੋਕ ਇੱਕ ਦੂਜੇ ਦੇ ਮੋਰਨਾ ਤੱਤੇ ਕਰਨ, ਅਸੀਂ ਇਸ ਗੱਲੋਂ ਉਮੀਦ ਕਰਦੇ ਹਾਂ। ਅਤੇ ਦੂਸਰਾ ਜਿਹੜੀ ਆਪਾਂ ਕੱਲ੍ਹ ਬੇਨਤੀ ਕੀਤੀ ਸੀ ਹਿਮਾਚਲ ਅਤੇ ਪੰਜਾਬ ਦੇ ਲੋਕਾਂ ਨੂੰ, ਟੈਕਸੀ ਵਾਲਿਆਂ ਨੇ ਮੰਨ ਲਈ ਲੱਗਦੀ ਹੈ। ਹੁਣ ਤੁਸੀਂ ਦੇਖੋ ਜੇ ਪੰਜਾਬ ਵਾਲੇ ਟੈਕਸੀ ਚਾਲਕ ਉੱਧਰ ਜਾਂਦੇ ਆ ਤਾਂ ਉਹਨਾਂ ਨੂੰ ਖਤਰਾ ਲੱਗਦਾ ਸੀ, ਹੈ ਕਿ ਨਹੀਂ ਹੈ ਪਤਾ ਨਹੀਂ। ਹਿਮਾਚਲ ਵਾਲੇ ਪੰਜਾਬ 'ਚ ਆਉਂਦੇ ਆ ਤੂੰ ਤਾਂ ਇਹਨਾਂ ਨੂੰ ਹੁੰਦੀ ਸੀ। ਹੁਣ ਹਿਮਾਚਲ ਪ੍ਰਦੇਸ਼ ਦੀ ਟੈਕਸੀ ਯੂਨੀਅਨ ਅਤੇ ਪੰਜਾਬ ਦੀ ਜਿਹੜੀ ਟੈਕਸੀ ਯੂਨੀਅਨ ਹੈ ਉਹਨਾਂ ਨੇ ਸਾਂਝੇ ਤੌਰ 'ਤੇ ਫੈਸਲਾ ਕਰ ਲਿਆ। ਹਿਮਾਚਲ ਵਾਲੇ ਕਹਿੰਦੇ ਜੀ ਤੁਸੀਂ ਪੰਜਾਬ ਦੇ ਵਿੱਚੋਂ ਟੈਕਸੀਆਂ ਲੈ ਕੇ ਆਓ, ਹਿਮਾਚਲ ਪ੍ਰਦੇਸ਼ ਦੇ ਵਿੱਚ ਜੇ ਤੁਹਾਨੂੰ ਕੋਈ ਬੰਦਾ ਬਿਨਾਂ ਕਸੂਰੋਂ ਬਿਨਾਂ ਗੱਲੋਂ ਐਤੂਤ ਕਰੂ, ਕਾਲਰ ਫੜੂ ਤੁਹਾਡਾ, ਅਸੀਂ ਖਲੋਤੇ ਤੁਹਾਡੇ ਨਾਲ, ਕਿਉਂ ਹਰ ਜਗ੍ਹਾ ਟੈਕਸੀਆਂ ਵਾਲੇ ਨੇ। ਅਤੇ ਪੰਜਾਬ ਦੇ ਟੈਕਸੀ ਚਾਲਕ ਕਹਿੰਦੇ ਕਿ ਜੇ ਹਿਮਾਚਲ ਦੀ ਕੋਈ ਟੈਕਸੀ ਪੰਜਾਬ 'ਚ ਆਉਂਦੀ ਹੈ ਉਹਨੂੰ ਬਿਨਾਂ ਗੱਲੋਂ ਕੋਈ ਤੰਗ ਕਰੂ, ਲਾਠੀ ਲੈ ਕੇ ਉਹਦੇ ਮਗਰ ਪਊ, ਤਾਂ ਹਿਮਾਚਲ ਪ੍ਰਦੇਸ਼ ਦੇ ਟੈਕਸੀ ਚਾਲਕਾਂ ਦੇ ਹੱਕ 'ਚ ਅਸੀਂ ਬੈਠੇ। ਸੰਧਾਲੀਆ ਸਾਹਿਬ ਆਹ ਹੀ ਬਸ ਇੱਕ ਗੱਲ ਹੈ, ਇਹੀ ਫਾਰਮੂਲਾ, ਇਹੀ ਸੂਤਰ ਹੈ, ਅਤੇ ਇਕੱਲਾ ਪੰਜਾਬ ਹਿਮਾਚਲ 'ਚ ਨਹੀਂ ਸਾਰੇ ਪਾਸੇ। ਆਮ ਬੰਦਾ ਨਾ ਹਿਮਾਚਲ ਦਾ ਨਾ ਹਰਿਆਣੇ ਦਾ ਨਾ ਪੰਜਾਬ ਦਾ ਲੜਾਈ ਨਹੀਂ ਚਾਹੁੰਦਾ, ਉਹ ਤਾਂ ਤਰੱਕੀ ਚਾਹੁੰਦਾ, ਉਹ ਸ਼ਾਂਤੀ ਚਾਹੁੰਦਾ, ਉਹ ਚਾਹੁੰਦਾ ਕਿ ਨਿੱਕੇ ਨਿਆਣੇ ਮੇਰੇ ਪੜ੍ਹਨ ਮੁੜ ਕੇ ਕੰਮ ਧੰਦੇ ਲੱਗ ਜਾਣ ਤਾਂ ਅਸੀਂ ਬਾਖਰੂ ਦਾ ਸ਼ੁਕਰ ਕਰੀਏ। ਅਤੇ ਉਹ ਤਾਂ ਚੰਦ ਸ਼ਰਾਰਤੀ ਅੰਸਰ ਹੁੰਦੇ ਆ ਜਿਹੜੇ ਲੀਡਰਾਂ ਦੇ ਮਗਰ ਲੱਗੇ ਹੁੰਦੇ ਆ ਕਿ ਭਾਈ ਸਾਡਾ ਇੱਦਾਂ ਨਹੀਂ ਸੂਤ ਆਉਂਦਾ, ਕਿਉਂਕਿ ਜਿੱਦਾਂ ਵੋਟਾਂ ਮਿਲਦੀਆਂ ਉੱਦਾਂ ਕਰਾ ਲੈਣ। ਹੁਣ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਜਵਾਬ ਏਕੇ ਦੇ ਨਾਲ ਹੀ ਦਿੱਤਾ ਜਾ ਸਕਦਾ, ਅਤੇ ਮੈਨੂੰ ਲੱਗਦਾ ਕਿ ਇਹਦੇ ਤੋਂ ਚੰਗੀ ਉਦਾਹਰਣ ਸੰਧਾਲੀਆ ਸਾਹਿਬ ਹੈ ਕੋਈ ਨਹੀਂ, ਇਹਨੂੰ ਨੇਪਰੇ ਚਾੜ ਲੈਣ ਅਤੇ ਬਾਕੀ ਭਾਈਚਾਰੇ ਵੀ ਇੱਦਾਂ ਕਰਨ, ਆਮ ਲੋਕ ਵੀ ਇੱਕ ਦੂਜੇ ਦੇ ਇੱਦੀ ਸਾਥ ਦੇਣ। ਵੇਖੋ ਗੱਲ ਤਾਂ ਇੰਨੀ ਕੀ ਸੀ ਨਾ, ਹੁਣ ਜਿੱਦਣ ਦੀ ਮੇਰਾ ਖਿਆਲ ਉਹ ਚੰਡੀਗੜ੍ਹ ਵਾਲੀ ਘਟਨਾ ਦੀ ਖਬਰ ਆਉਣੋਂ ਹਟੀ ਹੈ, ਕੁਲਵਿੰਦਰ ਕੌਰ ਬੀਬੀਓ ਜਿਹੜੀ CASF ਵਾਲੀ, ਉਹਦੇ ਨਾਲ ਕੀ ਹੋਇਆ, ਕੀ ਪਰਚਾ ਕਿੱਥੇ ਪਹੁੰਚਿਆ, ਕੇਸ ਕਿੱਥੇ ਪਹੁੰਚਿਆ, ਅੱਗੇ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ। ਬਹੁਤ ਸਾਰੇ ਮੇਰਾ ਖਿਆਲ ਵਕੀਲ ਭਾਈਚਾਰੇ ਵਾਲੇ ਪਾਸੇ ਸਾਹਮਣੇ ਲੋਕ ਸਾਹਮਣੇ ਆਏ ਸੀ ਜਿਨ੍ਹਾਂ ਨੇ ਕਿਹਾ ਸੀ ਵੀ ਅਸੀਂ ਕੰਗਣਾ ਰਣੌਤ ਦੇ ਉੱਪਰ ਵੀ ਪਰਚਾ ਦਰਜ ਕਰਾਤਾ ਜੀ, ਹੁਣ ਤਾਂ ਹੁਣ ਸੁਪਰੀਮ ਕੋਰਟ ਤੱਕ ਖਿੱਚਣਾ, ਮਾਫ਼ੀ ਉਹ ਤੋਂ ਮੰਗਵਾਉਣੀ। ਉਹ ਜਿੰਨੇ ਕੁ ਦਿਨ ਗੱਲ ਤੱਤੀ ਸੀ ਉਨੇ ਦਿਨ ਬਿਲਕੁਲ ਤੱਤੀਆਂ ਗੱਲਾਂ ਆਉਂਦੀਆਂ ਰਹੀਆਂ। ਹੁਣ ਤੁਸੀਂ ਦੇਖਿਆ ਹੋਣਾ ਵੀ ਨਾ ਤਾਂ ਕੰਗਣਾ ਰਣੌਤ ਵਾਲੇ ਪਾਸਿਓਂ ਕੋਈ ਗੱਲ ਬਾਤ ਆਈ ਹੈ, ਨਾ ਬੀਬੀ ਕੁਲਵਿੰਦਰ ਕੌਰ CASF ਵਾਲੀ ਜਿਹੜੀ ਆ ਉਹਦੇ ਬਾਰੇ ਕੁਛ ਪਤਾ ਲੱਗਿਆ। ਫਿਰ ਜਿਹੜਾ ਆਹ ਲੜਾਈ ਇੱਕ ਝਗੜਾ ਇੱਕ ਵੱਖਰਾ ਬਣ ਗਿਆ ਸੀ, ਵੱਖਰੇ ਤੌਰ 'ਤੇ ਚੱਲ ਪਿਆ ਸੀ, ਮੈਨੂੰ ਲੱਗਦਾ ਵੀ ਜੇ ਇਹਦੇ 'ਚ ਕੋਈ ਪਹਿਲ ਨਾ ਕਰਦਾ ਤਾਂ ਸ਼ਾਇਦ ਇਹੋ ਹੀ ਖਬਰਾਂ ਤੱਤੀਆਂ ਹੋ ਕੇ ਜਾਣੀਆਂ। ਚੰਗਾ ਕੀਤਾ ਮੈਂ ਨਾ, ਕਿਉਂਕਿ ਦੇਖੋ ਦਿਨ ਤਾਂ ਇਹੋ ਹੀ ਨੇ ਗਰਮੀ ਦੇ, ਅੱਗੋਂ ਪਿੱਛੋਂ ਹਿਮਾਚਲ ਵਾਲੇ ਪਾਸੇ ਕਿੰਨਾ ਕੁ ਜਾਇਆ ਜਾਂਦਾ ਅਤੇ ਕਿੰਨਾ ਕੁ ਨਹੀਂ ਜਾਇਆ ਜਾਂਦਾ, ਉਹਨਾਂ ਨੂੰ ਪਤਾ ਵੀ ਯਾਰ ਜੇ ਕਾਰੋਬਾਰ ਦੇ 3-4 ਮਹੀਨੇ ਆ ਅਤੇ ਜੇ ਆਪਾਂ ਲੜਾਈ 'ਚ ਕੱਢ ਲਏ ਤਾਂ ਮੁੜ ਕੇ ਸਾਰ ਰੋਟੀ ਕਰਨਾ ਖਾਣੀ ਜੀ। ਸੋ ਚੰਗੀ ਗੱਲ ਆ, ਆਪਾਂ ਤਾਂ ਇਹ ਕਹਿੰਦੇ ਹਾਂ ਵੀ ਉਹਨਾਂ ਨੇ ਵੀ ਸਿਆਣਪ ਕਰ ਲਈ, ਇਹਨਾਂ ਨੇ ਵੀ ਸਿਆਣਪ ਕਰ ਲਈ, ਬਾਕੀ ਉਹ ਕੇਸ ਦਾ ਕੀ ਬਣੂਗਾ ਜਿੱਦਣ ਖਬਰ ਆ ਗਈ ਆਪਾਂ ਦੱਸ ਦਿਆਂਗੇ। ਨਹੀਂ ਬਿਲਕੁਲ ਜ਼ਰੂਰੀ ਹੈ ਸੰਧਾਲੀਆ ਸਾਹਿਬ, ਅਤੇ ਆਪਾਂ ਥੋੜ੍ਹਾ ਜਿਹਾ ਹੋਰ ਅਗਲੇ ਪਾਸੇ ਨੂੰ ਚੱਲੀਏ ਤਾਂ ਰਾਜਸਥਾਨ ਦੇ ਵਿੱਚ ਰਾਜਸਥਾਨ ਲੋਕ ਸੇਵਾ ਕਮਿਸ਼ਨ ਦਾ ਪੇਪਰ ਸੀ, ਅਤੇ ਲੋਕ ਸੇਵਾ ਕਮਿਸ਼ਨ ਦੇ ਪੇਪਰ ਦੇ ਵਿੱਚ ਇੱਕ ਅੰਮ੍ਰਿਤਧਾਰੀ ਕੁੜੀ, ਸਾਡੀ ਪੰਜਾਬਣ ਨਹੀਂ ਰਾਜਸਥਾਨ ਦੀ ਹੀ ਗੁੱਡੀ ਸੀ, ਪਰ ਕਕਾਰ ਉਹਨੇ ਪਹਿਨੇ ਹੋਏ ਸੀ, ਅੰਮ੍ਰਿਤ ਛਕਿਆ ਹੋਇਆ ਸੀ, ਅਤੇ ਉਹ ਜਦੋਂ ਪੇਪਰ ਦੇਣ ਗਈ ਤਾਂ ਉਹਨੂੰ ਜਾਣ ਨਹੀਂ ਦਿੱਤਾ ਕਿ ਕਕਾਰ ਪਾ ਕੇ ਨਹੀਂ ਤੂੰ ਪੇਪਰ ਦੇ ਸਕਦੀ। 2 ਦਿਨ ਹੋ ਗਏ ਇਸ ਘਟਨਾ ਨੂੰ, ਉਹਦੇ ਤੋਂ ਬਾਅਦ ਜਿਹੜੀਆਂ ਕੁਝ ਇੱਕ ਗੱਲਾਂ ਕਰਨੀਆਂ ਬਣਦੀਆਂ, SGPC ਨੇ
ਤੁਰੰਤ ਉਧਰਲੇ ਪਾਸੇ ਨੂੰ ਧਿਆਨ ਦਿੱਤਾ। ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਭਜਨ ਲਾਲ ਸ਼ਰਮਾ, ਉਹਨਾਂ ਨੂੰ ਕਿਹਾ ਕਿ ਇਹਦੇ ਵਿੱਚ ਤੁਸੀਂ ਸ਼ਾਮਿਲ ਹੋਵੋ, ਘੱਟੋ ਘੱਟ ਉਸ ਗੁੱਡੀ ਨੂੰ ਇੱਕ ਮੌਕਾ ਜ਼ਰੂਰ ਦਿਓ ਦੁਬਾਰਾ ਪੇਪਰ ਦੇਣ ਦਾ। ਦੂਸਰੀ ਗੱਲ, ਉਸ ਲੜਕੀ ਦੇ ਪਿਤਾ ਜੀ ਨੇ ਉਹਨਾਂ ਨੇ ਤੁਰੰਤ SGPC ਨਾਲ ਸੰਪਰਕ ਕੀਤਾ ਅਤੇ ਪਤਾ ਇਹ ਲੱਗਾ ਕਿ ਉਹਨਾਂ ਨੇ ਰਾਜਸਥਾਨ ਹਾਈਕੋਰਟ ਦੇ ਵਿੱਚ ਕੇਸ ਵੀ ਕਰਤਾ। ਇਹ ਸਭ ਤੋਂ ਇੰਪੋਰਟੈਂਟ ਹੈ, ਇਹ ਕੰਮ ਵੈਸੇ SGPC ਨੂੰ ਕਰ ਲੈਣਾ ਚਾਹੀਦਾ, ਅਦਾਲਤ 'ਚ ਕੇਸ ਕਰੋ, ਫੈਸਲਾ ਤਾਂ ਆ ਹੀ ਜਾਣਾ। ਜਦੋਂ ਅਸੀਂ ਵਾਰ ਵਾਰ ਇਹ ਕਹਿੰਦੇ ਕਿ ਸੰਵਿਧਾਨ ਸਾਨੂੰ ਆਗਿਆ ਦਿੰਦਾ, ਤਾਂ ਜੇ ਅਦਾਲਤ ਦੇ ਵਿੱਚ ਜਾਵਾਂਗੇ ਤਾਂ ਅਦਾਲਤ ਨੇ ਸੰਵਿਧਾਨ ਦੇ ਮੁਤਾਬਕ ਹੀ ਫੈਸਲਾ ਕਰਨਾ। ਜਦੋਂ ਇੱਕ ਵਾਰੀ ਅਦਾਲਤ ਨੇ ਫੈਸਲਾ ਦੇ ਦਿੱਤਾ, ਅੱਗੇ ਤੋਂ ਇੱਦਾਂ ਦੇ ਹੁਕਮਾਂ ਦਾ ਰਾਹ ਬੰਦ ਹੋ ਜੂ, ਸਾਰੇ ਅਧਿਕਾਰੀਆਂ ਨੂੰ ਪਤਾ ਲੱਗ ਜੂ, ਕਰਮਚਾਰੀਆਂ ਨੂੰ ਪਤਾ ਲੱਗ ਜੂ ਕਿ ਨਹੀਂ ਭਾਈ, ਇਹ ਸਿੱਖ ਧਰਮ ਦੇ ਮੁਤਾਬਕ ਬਹੁਤ ਜ਼ਰੂਰੀ ਕਕਾਰ ਨੇ, ਪਵਿੱਤਰ ਕਕਾਰ ਨੇ, ਅਤੇ ਇਹਨਾਂ ਨੂੰ ਪਾ ਕੇ ਪੇਪਰ ਦਿੱਤਾ ਜਾ ਸਕਦਾ। ਹਾਈਕੋਰਟ ਤੋਂ ਇੱਕ ਵਾਰੀ ਡਾਇਰੈਕਸ਼ਨ ਆ ਜਾਵੇ, ਚੂ ਨਹੀਂ ਸੰਧਾ ਵਾਲੀ ਆ ਸਭ ਕਿਸੇ ਨੇ ਕਰਨੀ। ਅਤੇ ਜੇ ਇੱਦਾਂ ਦਾ ਮਸਲਾ ਇਕੱਲਾ ਸੋਸ਼ਲ ਮੀਡੀਆ 'ਤੇ ਰਹਿ ਜਾਵੇ, ਸਾਡੀ ਲੀਡਰਸ਼ਿਪ ਇਕੱਲੀ ਪ੍ਰੈਸ ਬਿਆਨ ਦੇ ਕੇ ਚੁੱਪ ਕਰ ਜਾਏ, ਜਾਂ ਉਸ ਬੇਟੀ ਦਾ ਜਿਹੜਾ ਪਿਤਾ ਆ ਉਹ ਵੀ ਉੱਥੇ ਚੁੱਪ ਕਰ ਜਾਂਦਾ, ਨਾ SGPC ਨੂੰ ਚਿੱਠੀ ਲਿਖਦਾ, ਨਾ ਹਾਈਕੋਰਟ ਦਾ ਬੂਹਾ ਖੜਕਾਉਂਦਾ, ਫਿਰ ਕੱਲ੍ਹ ਨੂੰ ਕਿਸੇ ਹੋਰ ਨੂੰ ਸਮੱਸਿਆ ਆਉਂਦੀ, ਅਸੀਂ ਖਬਰਾਂ ਭੜਕਾਉਣ ਨੂੰ ਤੁਰ ਜਾਣਾ ਸੀ। ਇਹ ਦੇਖੋ, ਇਹ ਗਲਤ ਹੈਗੀ ਹੈ ਵੀ ਜੇ ਹੁਣ ਆਪਾਂ ਬਹੁਤ ਸਾਰੇ ਵਿਦੇਸ਼ਾਂ ਦੇ ਰਾਹ ਤੱਕ ਵੀ ਇਹ ਮਸਲਾ ਪਹੁੰਚਾ ਲਿਆ, ਹੁਣ ਆਪਾਂ ਦੇਖਿਆ ਹੋਣਾ ਵੀ ਤੁਸੀਂ ਦੇਖਿਆ ਹੋਣਾ ਦੁਨੀਆ ਭਰ ਦੇ ਕਈ ਏਅਰਪੋਰਟਸ ਦੇ ਉੱਪਰ ਆਲਰੇਡੀ ਇਹਨਾਂ ਨੂੰ ਪਤਾ ਹੁੰਦਾ ਵੀ ਇਹ ਦਸਤਾਰਧਾਰੀ ਸਿੱਖ ਆ, ਇਹਦੇ ਕੋਲ ਆਹ ਕਕਾਰ ਨੇ ਅਤੇ ਇਹ ਕੰਪਲਸਰੀ ਨੇ, ਇਸ ਕਰਕੇ ਇਹਦੀ ਤਲਾਸ਼ੀ ਵੀ ਉਸ ਹਿਸਾਬ ਨਾਲ ਹੀ ਹੋਣੀ। ਅਤੇ ਜੇ ਆਪਾਂ ਨੂੰ ਇਹ ਲੱਗਦਾ ਕਿ ਆਪਣੇ ਮੁਲਕ ਦੇ ਵਿੱਚ ਇੰਨੀ ਕੁ ਗੱਲ ਆਪਾਂ ਪੇਪਰਾਂ ਦੇ ਮਾਮਲੇ ਦੇ ਵਿੱਚ ਕੈਂਡੀਡੇਟ ਦੇ ਪੱਖ ਤੋਂ ਅਜੇ ਤੱਕ ਕਲੀਅਰ ਹੀ ਨਹੀਂ ਕਰ ਪਾਏ, ਤਾਂ ਫਿਰ ਜ਼ਰੂਰ ਦੇਖਣਾ ਚਾਹੀਦਾ ਵੀ ਕਮੀ ਕਿੱਥੇ ਰਹਿ ਗਈ। ਇਹ ਗੱਲ ਤੁਹਾਡੀ ਠੀਕ ਆ ਕਿ ਜੇ ਉਸ ਪਰਿਵਾਰ ਨੇ ਅਦਾਲਤ ਤੱਕ ਪਹੁੰਚ ਕੀਤੀ ਹੈ ਤਾਂ ਹੋ ਸਕਦਾ ਉੱਥੋਂ ਜਿਹੜਾ ਫੈਸਲਾ ਆਵੇ ਉਹ ਫੈਸਲਾ ਬਾਅਦ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਲਾਗੂ ਹੋ ਜਾਵੇ, ਕਿਉਂਕਿ ਇਸ ਤਰ੍ਹਾਂ ਦੀ ਖਬਰੇ ਪਹਿਲੀ ਰਾਣੀ ਆਈ, ਅੱਗੇ ਵੀ ਆਉਂਦੀਆਂ ਰਹਿੰਦੀਆਂ ਵੀ ਕਦੀ ਕਿਸੇ ਨੌਜਵਾਨ ਨੂੰ ਰੋਕ ਲਿਆ ਜਾਂਦਾ ਵੀ ਤੁਸੀਂ ਕਕਾਰ ਪਾਏ ਆ, ਤੁਸੀਂ ਅੰਮ੍ਰਿਤਧਾਰੀ ਹੋ, ਤਾਂ ਕਰਕੇ ਅੰਦਰ ਨਹੀਂ ਜਾਣ ਦੇਣਾ, ਹੁਣ ਚਲੋ ਗੁੱਡੀ ਨੂੰ ਰੋਕ ਲਿਆ ਗਿਆ। ਇਹ ਮੈਨੂੰ ਲੱਗਦਾ ਕਿ ਜੇ ਫੈਸਲਾ ਆਜੂਗਾ ਤਾਂ ਲਗਭਗ ਗੱਲ ਕਲੀਅਰ ਹੋ ਜੂਗੀ ਕਿ ਵੀ ਅੱਗੇ ਤੋਂ ਜੇ ਕੋਈ ਇਸ ਤਰ੍ਹਾਂ ਦਾ ਕੇਸ ਆਉਂਦਾ ਤਾਂ ਉੱਥੇ ਖੜ੍ਹੇ ਗੇਟ ਦੇ ਉੱਪਰ ਜਿਹੜੇ ਲੋਕ ਨੇ ਉਹਨਾਂ ਨੇ ਕਿਵੇਂ ਦਾ ਵਿਹਾਰ ਕਰਨਾ। ਜੀ ਚਲੋ, ਹੁਣ ਆਪਾਂ ਬਹੁਤ ਸ਼ੁਕਰੀਆ ਸੰਧਾਲੀਆ ਸਾਹਿਬ, ਮਿਹਰਬਾਨੀ ਜੀ। ਲਓ ਜੀ, ਪ੍ਰੋਗਰਾਮ ਦੀ ਸਮਾਪਤੀ ਆ, ਫੀਡਬੈਕ ਤੁਸੀਂ ਆਪਣੀ ਭੇਜਦੇ ਰਹਿੰਦੇ, ਉਹਦੇ ਲਈ ਬੜੇ ਧੰਨਵਾਦੀ ਹਾਂ, ਇੱਕ ਜੀ ਲਾਈਕ ਵੀ ਕਰਦਿਆ ਕਰੋ ਅਤੇ ਉਹਦਾ ਵੀ ਬੜੇ ਸ਼ੁਕਰਗੁਜ਼ਾਰ ਹੋਵਾਂਗੇ। ਹੁਣ ਦੀ ਉਹ ਇਜਾਜ਼ਤ, ਦੇਖਦੇ ਰਹਿਣਾ ਪ੍ਰਾਈਮੇਸ਼ਿਆ TV, ਤੁਹਾਡਾ ਆਪਣਾ ਤੁਹਾਡੇ ਲਈ।